ਇਹ ਬੇਗੁਨਾਹਾਂ ਦੀਆਂ ਫੋਟੋਆਂ ਤੁਸੀਂ ਲਾ ਦਿਓਗੇ ਵਾਹ ਬਈ ਵਾਹ ਜੋ ਕੋ ਨਾ ਬੋਲੇ ਤਾ ਨਾ ਬੋਲੇ ਮੈਂ ਬੋਲੂ ਕੱਢੋ ਜੁਨੀਆਂ ਘਣਾ ਇਹਨਾਂ ਦੀ ਹਾਥੀ ਦਿੱਤਾ ਸੀ ਜਿੱਥੇ ਬੰਦੀਆਂ ਨੂੰ ਮੈਂ ਇਹ ਕਹਿਣਾ ਚਾਹਣਾ ਜਿਹੜੇ 36000 ਬੇਗੁਨਾਹਾਂ ਦੇ ਤੁਸੀਂ ਕਤਲੇਆਮ ਕੀਤੇ ਉੱਚ ਹਿੰਦੂ ਮੁਸਲਮਾਨ ਸਿੱਖਾਂ ਦੇ ਕਤਲੇਆਮ ਕੀਤੇ ਉਹਨਾਂ ਦੇ ਤੁਸੀਂ ਘਰਾਂ ਚ ਗਏ ਹੋ ਕਦੀ 19000 ਬ੍ਰਾਹਮਣ ਭਰਾ ਮਾਰੇ ਜਿਹੜੇ ਤੁਸੀਂ 36000 ਬੇਗੁਣਾ ਲੋਕਾਂ ਦਾ ਕਤਰਾਇਆਮ ਕਰਕੇ ਖੂਨ ਵਹਾਇਆ ਸਾਡੇ ਕਿਹੜੇ ਗੁਰੂ ਗ੍ਰੰਥ ਸਾਹਿਬ ਤੇ ਲਿਖਿਆ ਸੀ ਪੁੱਠਣਾ ਚਾਉਣਾ ਬਾਬਾ ਦੀਪ ਸਿੰਘ ਜੀ ਦੇ ਸਰੂਪ ਥੱਲੇ ਤੇ ਉੱਤੇ ਤੁਸੀਂ ਫੋਟੋਆਂ ਖਿਚਾਉਣ ਲਈ ਦਾੜੀਆਂ ਖੁੱਲੀਆਂ ਛੱਡ ਕੇ ਸਿੱਖ ਕੌਮ ਪੂਰੀ ਸਜਾ ਕੇ ਤੁਸੀਂ ਫੋਟੋਆਂ ਖਿਚਾਉਂਦੇ ਤੁਹਾਨੂੰ ਸ਼ਰਮ ਨਹੀਂ ਆਉਦੀ ਦੇਖੋ ਤਾਂ ਸਹੀ ਫੋਟੋਆਂ ਵਾਹ ਬਈ ਵਾਹ ਹੁਣ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਕਰਨਾ ਸ਼ੁਰੂ ਕਰਤਾ ਅੱਜ ਦੇ ਲੋਕਾਂ ਨੇ ਉਹ ਥਰੂਫਨ ਅੱਜ ਫੋਟੋ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੋਈ ਗੁਰੂ ਨਹੀਂ ਹੋ ਸਕਦਾ ਤੁਸੀਂ ਆਪਣੇ ਗੁਰੂ ਬਣਾ ਲਈ ਯਾਰ ਅਸੀਂ ਚੰਦ ਧਰਮ ਦੇ ਠੇਕੇਦਾਰਾਂ ਨੇ ਅਸੀਂ ਚੰਦ ਰਾਜਨੀਤਿਕ ਲੋਕਾਂ ਨੇ ਅਸੀਂ ਵੋਟਾਂ ਦੀ ਖਾਤਰ ਆਪਣੀ ਪਬਲਿਸ਼ਿਟੀ ਦੀ ਖਾਤਰ ਸੋਸ਼ਲ ਮੀਡੀਆ ਦੇ ਵੋਟ ਰੋਜ਼ ਫੋਟੋ ਦਿਖਾਉਂਦੇ ਖਾਤਰ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਬਰਬਾਦ ਕਰ ਰਹੇ ਹਾਂ ਢੱਡਰੀਆਂ ਵਾਲੇ ਸਭ ਸਿੱਖ ਕੌਮ ਦੀ ਗੱਲ ਕਰਨ ਵਾਲੇ ਤੁਸੀਂ ਉਹਨਾਂ ਨੂੰ ਯਾਰ ਧਮਕੀਆਂ ਦਿੰਦੇ ਹੋ ਤੇ ਅਸੀਂ ਕਿੱਥੇ ਆ ਅਸੀਂ ਤਾਂ ਬੋਲਾਂਗੇ ਕਿ ਕੱਲ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹਨਾਂ ਦੇ ਸਹਬਜ਼ਾਦਿਆਂ ਦੇ ਨਾਲ ਇਹ ਬੇਗੁਨਾਹਾਂ ਦੀਆਂ ਕਾਤਲਾਂ ਦੀਆਂ ਉਹਨਾਂ ਦੇ ਰੂਪਾਂ ਦੇ ਨਾਲ ਫੋਟੋਆਂ ਲਾਓਗੇ ਜੇ ਤੁਹਾਡੀ ਜਮੀਰ ਬਣਦੀ ਹੈ ਤੇ ਤੁਸੀਂ ਸਿੱਖ ਨਹੀਂ ਮੈਂ ਤੈਨੂੰ ਦੱਸ ਦੇਣਾ ਚਾਹੁੰਦਾ ਪੰਜਾਬ ਦੇ ਵਿੱਚ ਜਦੋਂ ਵੀ ਕਦੇ ਬੰਦੀ ਸਿੰਘਾਂ ਦਾ ਜ਼ਿਕਰ ਕੀਤਾ ਜਾਂਦਾ ਤਾਂ ਮਨਿੰਦਰਜੀਤ ਸਿੰਘ ਬਿੱਟਾ ਡਟ ਕੇ ਉਸ ਚੀਜ਼ ਦਾ ਵਿਰੋਧ ਵੀ ਕਰਦੇ ਨੇ ਔਰ ਆਪਣੇ ਬਿਆਨਾਂ ਕਰਕੇ ਅਕਸਰ ਚਰਚਾ ਦੇ ਵਿੱਚ ਵੀ ਰਹਿੰਦੇ ਨੇ ਇਸ ਵੇਲੇ ਬਿੱਟਾ ਜੀ ਸਾਡੇ ਨਾਲ ਨੇ ਅੰਮ੍ਰਿਤਸਰ ਦੇ ਵਿੱਚ ਤਾਂ ਉਹਨਾਂ ਤੋਂ ਸਭ ਤੋਂ ਪਹਿਲਾਂ ਇਹ ਹੀ ਜਾਣਨ ਦੀ ਕੋਸ਼ਿਸ਼ ਕਰਦੇ ਆ ਕਿ ਆਖਿਰਕਾਰ ਤੁਹਾਨੂੰ ਬੰਦੀ ਸਿੰਘ ਜਾਂ ਫਿਰ ਜਿਹੜੇ ਸਿੱਖ ਕੈਦੀਆਂ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਤੋਂ ਆਖਿਰਕਾਰ ਦਿੱਕਤ ਕੀ ਹੈ ਦੇਖੋ ਮੈਨੂੰ ਕਿਸੇ ਤੋਂ ਕੋਈ ਦਿੱਕਤ ਨਹੀਂ ਸਿੱਖ ਕੌਮ ਮਾਨਵਤਾ ਦੀ ਰੱਖਿਆ ਲਈ ਸਜਾਈ ਗਈ ਸਾਡੇ ਗੁਰੂ ਮਹਾਰਾਜ ਨੇ ਹਿੰਦ ਦੀ ਚਾਦਰ ਆਪਣਾ ਸੀਸ ਕੌਮ ਲਈ ਦੇਸ਼ ਲਈ ਮਜ਼ਲੂਮਾਂ ਲਈ ਨਿਛਾਵਰ ਕੀਤਾ ਸਹਿਬਜ਼ਾਦਿਆਂ ਨੂੰ ਨੀਂਹ ਚ ਚਣਵਾਇਆ ਗਿਆ ਸਿੱਖ ਕੌਮ ਦਾ ਇਤਿਹਾਸ ਕੀ ਹੈ ਮਜ਼ਲੂਮਾਂ ਦੀ ਰੱਖਿਆ ਦੂਸਰਿਆਂ ਦੀ ਰੱਖਿਆ ਕਰਨਾ ਔਰ ਕਸ਼ਮੀਰੀ ਪੰਡਤਾਂ ਲਈ ਆਪਣੇ ਆਪ ਨੂੰ ਕੁਰਬਾਨ ਕੀਤਾ Hindu ਧਰਮ ਲਈ ਕੀਤਾ ਅੱਜ ਜਿਨ੍ਹਾਂ ਨੇ 36000 ਬੇਗੁਨਾਹਾਂ ਦਾ ਕਤਲੇਆਮ ਕੀਤਾ 19000 ਮੈਂ ਅੱਜ ਹਿੰਦੂ ਨਹੀਂ ਕਹਾਂਗਾ ਪਹਿਲੀ ਵਾਰੀ ਕਹਾਂਗਾ ਰੋਜ਼ ਇਹ ਬ੍ਰਾਹਮਣ ਬ੍ਰਾਹਮਣ ਦੀ ਗੱਲ ਕਰਦੇ ਨੇ 19000 ਬ੍ਰਾਹਮਣ ਭਰਾਵਾਂ ਨੂੰ ਮਾਰ ਚਲੋ ਤੁਹਾਡੇ ਭਰਾ ਨਾ ਸੀ ਮੇਰੇ ਤਾਂ ਉਹ ਭਰਾ ਸੀ ਸਾਡੇ ਸਾਡੇ ਰੋਟੀ ਬੇਟੀ ਦਾ ਰਿਸ਼ਤਾ ਹੈ ਉਹਨਾਂ ਨੂੰ ਤੁਸੀਂ ਨੇ ਹਥਿਆਰ ਨੂੰ ਕਤਲ ਕਰ ਦਿੱਤਾ ਬੱਥਾਂ ਚੋਂ ਕੱਢ ਕੇ ਟ੍ਰੇਨਾਂ ਚੋਂ ਕੱਢ ਕੇ ਇੱਕ ਲਾਈਨ 'ਚ ਖੜਾ ਕਰਕੇ ਜਿਸ ਸਰਦਾਰ ਸਾਹਿਬ ਦੇ ਸਿਰ ਤੇ ਪਗੜੀ ਵੀ ਨਹੀਂ ਸੀ ਉਹਨੂੰ ਵੀ ਬ੍ਰਾਹਮਣ ਸਮਝ ਕੇ ਤੁਸੀਂ ਗੋਲੀਆਂ ਦਾ ਨਿਸ਼ਾਨਾ ਬਣਾ ਦਿੱਤਾ ਤੇ ਉਹਨਾਂ ਨੂੰ ਤੁਸੀਂ ਬੰਦੀ ਸਿੱਖ ਕਹਿੰਦੇ ਹੋ ਕਿ ਕੋਈ ਪੰਜਾਬ ਦੇ ਵਿੱਚ ਕਿਸੇ ਬ੍ਰਾਹਮਣ ਨੇ ਮੈਂ Hindu ਨਹੀਂ ਕਹਾਵਾਂਗਾ ਅੱਜ ਕਿਉਂਕਿ ਇਹ ਬ੍ਰਾਹਮਣ Hindu ਘੱਟ ਕਹਿੰਦੇ ਬ੍ਰਾਹਮਣ ਕਹਿੰਦੇ ਨੇ ਕਿਸੇ ਬ੍ਰਾਹਮਣ ਭਰਾ ਨੇ ਕਿਸੇ ਸਿੱਖ ਭਰਾ ਆਪਣੇ ਭਰਾ ਦਾ ਕਤਲ ਕੀਤਾ ਕਿ ਕਿਸੇ ਨੂੰ ਗੋਲੀਆਂ ਚਲਾਈਆਂ ਕਿ ਕਿਸੇ ਨੂੰ ਤਲਵਾਰ ਨਾਲ ਮਾਰਿਆ ਇਹਨਾਂ ਚੰਦ ਲੋਕਾਂ ਨੇ ਤਲਵਾਰਾਂ ਦੇ ਨਾਲ ਲਾਠੀਆਂ ਦੇ ਨਾਲ ਗੋਲੀਆਂ ਦੇ ਨਾਲ AK47 ਨਾਲ ਤੁਸੀਂ ਉਹਨਾਂ ਨੂੰ ਮਾਰ ਦਿੱਤਾ ਤੇ ਹਜ਼ਾਰਾਂ ਪਿੰਡਾਂ ਦੇ ਪਿੰਡ ਬ੍ਰਾਹਮਣ ਭਰਾਵਾਂ ਨੇ ਤੁਸੀਂ ਖਾਲੀ ਕਰਾ ਦਿੱਤੇ ਪੰਜਾਬ ਤੋਂ ਉਹਨਾਂ ਦੀ ਆਵਾਜ਼ ਉਠਾਉਣ ਵਾਲਾ ਕੋਈ ਨਹੀਂ ਅੱਜ 36 ਹਜ਼ਾਰ ਲੋਕਾਂ ਦਾ ਕਤਰਿਆ ਇਸ ਪੰਜਾਬ ਦੀ ਧਰਤੀ ਦੇ ਉੱਤੇ ਸੱਤ ਸਾਲਾਂ ਦੇ ਵਿੱਚ ਖੂਨ ਵਹਾਉਣਾ ਤੇ ਕੋਈ ਬੋਲੇ ਵੀ ਨਾ ਨਾ ਬੋਲੇ ਮੈਂ ਤਾਂ ਬੋਲੂ ਉਹ ਭੇਡਾਂ ਬੱਕਰੀਆਂ ਸਨ ਜਿਹੜੇ ਤੁਸੀਂ 36 ਹਜ਼ਾਰ ਲੋਕਾਂ ਨੂੰ ਮਾਰ ਦਿੱਤਾ ਪਰ ਉਹ ਇਹ ਤਰਕ ਦਿੰਦੇ ਕਿ ਉਸ ਵੇਲੇ ਹਾਲਾਤ ਇਸ ਤਰੀਕੇ ਦੇ ਬਣੇ ਸੀ ਉਹਨਾਂ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਭਾਵਕ ਹੋ ਗਏ ਹਾਲਾਤ ਤੇ ਅੱਜ ਵੀ ਉਹੀ ਨੇ ਉਦੋਂ ਵੀ ਚੰਦ ਲੋਕਾਂ ਨੇ ਮਨਜੀਤ ਸਾਹਿਬ ਗਰਮ ਭਾਸ਼ਣ ਦੇ ਕੇ ਮਾਵਾਂ ਦੇ ਲਾਲ 18 18 17 17 ਸਾਲ ਦੇ 15 15 ਸਾਲ ਦੇ ਨੌਜਵਾਨ 11ਵੀਂ 10ਵੀਂ ਕਲਾਸ ਚ ਪੜਨ ਵਾਲੇ ਸਕੂਲਾਂ ਚੋਂ ਭਾਸ਼ਣ ਸੁਣਦੇ ਏ ਕਿ 47 ਫੜਾ ਕੇ ਤੁਸੀਂ ਮਾਵਾਂ ਦੇ ਪੁੱਤ ਮਰਵਾਤੇ ਉਹ ਮਾਵਾਂ ਰਾ ਕੀ ਕਸੂਰ ਸੀ ਤੁਹਾਡੇ ਪੁੱਤਾਂ ਦਾ ਉਹਨਾਂ ਦਾ ਕੀ ਕਸੂਰ ਸੀ ਤੁਹਾਡੇ ਗੰਦੇ ਤੇ ਗਰਮ ਪਾਟਣਾ ਨੇ ਅੱਜ ਵੀ ਤੁਸੀਂ ਉਹੀ ਕਰਤੂਤਾ ਕਰ ਰਹੇ ਹੋ ਪਰ ਹੁਣ ਇੰਨੇ ਸਾਲ ਬੀਤ ਗਏ ਜੇਕਰ ਰਾਜੋ ਉਹਨਾਂ ਨੂੰ ਰਹਾ ਕਰ ਦਿੱਤਾ ਜਾਂਦਾ ਤਾਂ ਫਿਰ ਉਹਦਾ ਦੇ ਬਾਹਰ ਆਉਣ ਨਾਲ ਕੀ ਸਮਝੇ ਤੇ ਫਿਰ ਐਦਾਂ ਕਰੋ ਨਾ ਹਿੰਦੁਸਤਾਨ ਦੀਆਂ ਜੇਲਾਂ ਹੀ ਖਾਲੀ ਕਰ ਦਿਓ ਕੋ ਜੇਬ ਤਲਾਸ਼ ਆ ਕਿਸੇ ਨੇ ਚਾਕੂ ਮਾਰਿਆ ਕਿਸੇ ਨੂੰ ਗਲਤੀ ਹੋ ਗਈ ਕਿਸੇ ਨੇ ਗਲਤੀ ਨਾ ਕਿਸੇ ਨੂੰ ਮਾਰ ਤੇ ਛੱਡ ਦਿਓ ਫਿਰ ਪੂਰੇ ਹਿੰਦੁਸਤਾਨ ਦੀਆਂ ਜਿਹਨਾਂ ਕਿਉਂ ਨਹੀਂ ਤੁਸੀਂ ਛੱਡ ਦੇ ਅਰੇ AK47 ਲੈ ਕੇ ਰੇਲਾਂ ਚੋਂ ਕੱਢ ਕੇ ਲਾਈਨ ਚ ਕੱਢ ਕੇ ਮਾਰਦੇ ਨੇ ਉਹਨਾਂ ਨੂੰ ਛੱਡ ਦੋ ਕੀ ਤੁਸੀਂ ਐਗਜ਼ਾਮਪਲ ਦੇਣਾ ਚਾਹੁੰਦੇ ਹੋ ਤੁਸੀਂ ਪੰਜਾਬ ਦੇ ਸੀਐਮ ਨੂੰ ਮਾਰ ਦਿੰਦੇ ਹੋ ਤੁਸੀਂ ਪੰਜਾਬ ਦੇ ਪੁਲਿਸ ਅਫਸਰਾਂ ਨੂੰ ਮਾਰ ਦਿੰਦੇ ਹੋ ਪੁਲਿਸ ਅਫਸਰ ਕੌਣ ਨੇ ਇਹ ਭੇਡਾਂ ਬੱਕਰੀਆਂ ਨੇ ਪੁਲਿਸ ਅਫਸਰ ਸਾਡੀ ਸੁਰੱਖਿਆ ਕਰਦੇ ਨੇ ਇਹ ਹਿੰਦੂਸਤਾਨ ਆਜ਼ਾਦ ਮੁਲਕ ਹੈ ਭਾਰਤ ਇੱਕ ਆਜ਼ਾਦ ਮੁਲਕ ਹੈ ਲੋਕਲ ਲੋਕਤੰਤਰ ਮੁਲਕ ਹੈ ਇਹ ਦੇਸ਼ ਦੀ ਹਫਾਜ਼ਤ ਸਿਮਾਵਾਂ ਦੀ ਰੱਖਿਆ CRPF ਕਰਦੀ ਹੈ BSF ਕਰਦੀ ਹੈ ਫੌਜ ਕਰਦੀ ਹੈ ਸਟ੍ਰੀਟ ਦੀ ਪੁਲਿਸ ਕਰਦੀ ਹੈ ਉਹਨਾਂ ਨੇ ਆਪਣੇ ਪਰਿਵਾਰਾਂ ਦੇ ਪਰਿਵਾਰਾਂ ਖਤਮ ਕਰਾ ਦਿੱਤੇ ਕਿ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਸੀ ਕਿ ਜਿਹੜੇ ਮਾਰੇਗੇ ਬੇਗੁਨਾਹਾਂ ਦੇ ਕਾਤਲ ਕਿ ਉਹਨਾਂ ਦੇ ਰਿਸ਼ਤੇਦਾਰ ਪੁਲਿਸ ਦੇ ਵਿੱਚ ਨਹੀਂ ਸੀ ਪਰ ਜੱਥੇਬੰਦੀਆਂ ਅਕਸਰ ਪੰਜਾਬ ਦੇ ਵਿੱਚ ਇਹ ਗੱਲ ਕਹਿੰਦੀਆਂ ਨੇ ਕਿ ਉਹ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਜੱਥੇਬੰਦੀਆਂ ਨੂੰ ਮੈਂ ਇਹ ਕਹਿਣਾ ਚਾਹਣਾ ਜਿਹੜੇ 36000 ਬੇਗੁਨਾਹਾਂ ਦੇ ਤੁਸੀਂ ਕਤਲੇਆਮ ਕੀਤੇ ਉਹ ਚ ਹਿੰਦੂ ਮੁਸਲਮਾਨ ਸਿੱਖ ਸਾਈਆਂ ਦੇ ਕਤਲੇਆਮ ਕੀਤੇ ਉਹਨਾਂ ਦੇ ਤੁਸੀਂ ਘਰਾਂ 'ਚ ਗਏ ਹੋ ਕਦੀ ਤੁਸੀਂ ਕਹਿੰਦੇ ਕੌਮੀ ਇਨਸਾਫ ਮੋਰਚਾ ਕੌਮੀ ਇਨਸਾਫ ਮੋਰਚਾ ਕੀ ਜਿਹੜੇ ਜਿਹੜੇ ਦੂਸਰੇ ਲੋਕ ਮਾਰੇ ਗਏ ਜਿਹੜਾ ਤੁਸੀਂ 19000 ਬ੍ਰਾਹਮਣ ਭਰਾ ਮਾਰੇ ਜਿਹੜੇ ਤੁਸੀਂ 36000 ਬੇਗੁਨਾ ਲੋਕਾਂ ਦਾ ਕਤਲੇਆਮ ਕਰਕੇ ਖੂਨ ਬਖਾਇਆ ਸਾਡੇ ਕਿਹੜੇ ਗੁਰੂ ਗ੍ਰੰਥ ਸਾਹਿਬ 'ਚ ਲਿਖਿਆ ਸੀ ਪੁੱਠਣਾ ਚਾਉਣਾ ਸਾਡੇ ਕਿਹੜੇ ਸਿੱਖ ਇਤਿਹਾਸ 'ਚ ਲਿਖਿਆ ਸੀ ਪੁੱਠਣਾ ਚਾਉਣਾ ਅੱਜ ਤੁਸੀਂ ਇੱਥੇ ਪੋਵਿੰਡ ਬਾਬਾ ਦੀਪ ਸਿੰਘ ਜੀ ਦੇ ਪਵਿੱਤਰ ਸਮਾਗਮ ਤੇ ਬਾਬਾ ਦੀਪ ਸਿੰਘ ਜੀ ਮਹਾਰਾਜ ਤੁਸੀਂ ਉਹਨਾਂ ਦੇ ਨਾਲ ਬੇਗੁਨਾਹਾਂ ਦੇ ਕਾਤਲਰੀਆਂ ਤਸਵੀਰਾਂ ਜੋੜ ਰਹੇ ਹੋ ਉਹਨਾਂ ਦੇ ਸਰੂਪਾਂ ਦੇ ਨਾਲ ਉਹ ਸਰੂਪਾਂ ਦੇ ਨਾਲ ਤਸਵੀਰਾਂ ਜੋੜ ਕੇ ਬਾਬਾ ਦੀਪ ਸਿੰਘ ਜੀ ਦੇ ਰੂਪ ਥੱਲੇ ਤੇ ਉੱਤੇ ਤੁਸੀਂ ਫੋਟੋਆਂ ਖਿਚਾਉਣ ਲਈ ਦਾੜੀਆਂ ਖੁੱਲੀਆਂ ਛੱਡ ਕੇ ਸਿੱਖ ਕੌਮ ਪੂਰੀ ਸਜਾ ਕੇ ਤੁਸੀਂ ਫੋਟੋਆਂ ਖਿਚਾਉਨੇ ਤੁਹਾਨੂੰ ਸ਼ਰਮ ਨਹੀਂ ਆਉਦੀ ਦੇਖੋ ਤਾਂ ਤੁਸੀਂ ਫੋਟੋਆਂ ਤੁਹਾਡੇ ਚਾਨਣਾ ਦੇ ਫੋਟੋਆਂ ਨੇ ਬਾਬਾ ਦੀਪ ਸਿੰਘ ਮਹਾਰਾਜ ਥੱਲੇ ਵਾਹ ਬਈ ਵਾਹ ਹੁਣ ਬਾਬਾ ਦੀਪ ਸਿੰਘ ਜੀ ਦਾ ਮੁਕਾਬਲਾ ਕਰਨਾ ਸ਼ੁਰੂ ਕਰਤਾ ਅੱਜ ਦੇ ਲੋਕਾਂ ਨੇ ਤੇ ਕਲ ਨੂੰ ਗੁਰੂ ਗੋਬਿੰਦ ਸਿੰਘ ਕਲਗੀ ਧਰਮਹਾਰਾਜ ਉਹਨਾਂ ਨਾਲੇ ਬੇਗੁਨਾਹਾਂ ਦੀਆਂ ਕਹੋ ਜੀ ਇਹ ਇਹਨਾਂ ਦੀਆਂ ਫੋਟੋਆਂ ਦੇ ਹੱਕਦਾਰ ਨੇ ਉਹਨਾਂ ਰੂਪ ਦੇ ਨਾਲ ਇਹ ਬੇਗੁਨਾਹਾਂ ਦੀਆਂ ਫੋਟੋਆਂ ਤੁਸੀਂ ਲਾ ਦਿਓਗੇ ਵਾਹ ਬਈ ਵਾਹ ਜੋ ਕੋ ਨਾ ਬੋਲੇ ਤਾਂ ਨਾ ਬੋਲੇ ਮੈਂ ਬੋਲੂ ਕੱਢੋ ਜਣੀਆਂ ਘੜਾ ਇਹਨਾਂ ਦੀ ਹਾਥੀ ਦਿੱਤਾ ਸੀ ਬਾਬਾ ਦੀ ਫਿੰਜੇ ਦਾ ਤੁਸੀਂ ਅਪਮਾਨ ਸਹਿਣ ਕਰ ਲਿਆ ਕਰਨਲ ਨੇ ਕੀ ਗਲਤੀ ਕੀਤੀ ਕਰਨਲ ਸਾਹਬ ਨੇ ਕਰਨਲ ਸਾਹਬ ਨੇ ਹੱਥ ਜੋੜ ਕੇ ਕਿਹਾ ਵੀ ਅੰਦਰ ਭਿੰਡਰਾਂ ਵਾਲੇ ਦੀ ਫੋਟੋ ਲੱਗੀ ਹੈ ਪਰ ਇਹ ਬਾਹਰ ਬਾਬਾ ਦੀਪ ਸਿੰਘ ਜੀ ਸਾਡੇ ਮਹਾਨ ਯੋਧੇ ਸਨ ਸਾਡੇ ਗੁਰੂ ਸਨ ਕੁਰਬਾਨੀਆਂ ਦਿੱਤੀਆਂ ਸਨ ਉਹਨਾਂ ਦੇ ਨਾਲ ਮੈਂ ਕਿਥੇ ਹੋਰ ਦੀ ਫੋਟੋ ਨਹੀਂ ਲਗਣ ਦੇਣੀ ਉਹਨਾਂ ਦੇ ਸਰੂਪ ਨਾਲ ਕੀ ਮਾਲਾ ਕਿਹਾ ਜੀ ਤੁਸੀਂ ਮੈਂ ਤੁਹਾਨੂੰ ਸਵਾਲ ਪੁੱਛਣਾ ਚਾਹਣਾ ਕਿ ਬਾਬਾ ਦੀਪ ਸਿੰਘ ਜੀ ਦੇ ਨਾਲ ਜਾਂ ਗੁਰੂ ਗੋਬਿੰਦ ਸਿੰਘ ਕਲਗੀਧਰ ਮਹਾਰਾਜ ਦੇ ਨਾਲ ਕਿ ਅੱਜ ਦੇ ਕਿਸੇ ਦੀ ਫੋਟੋ ਲੱਗ ਸਕਦੀ ਹੈ ਉਹ ਸਰੂਪ ਹਨ ਅੱਜ ਫੋਟੋ ਹੈ ਗੁਰੂ ਗ੍ਰੰਥ ਸਾਹਿਬ ਤੋਂ ਬਾਅਦ ਕੋਈ ਗੁਰੂ ਨਹੀਂ ਹੋ ਸਕਦਾ ਤੁਸੀਂ ਆਪਣੇ ਗੁਰੂ ਬਣਾ ਲਈ ਯਾਰ ਤੇ ਜਿਹੜਾ ਨਾ ਮੰਨੇ ਅਸੀਂ ਵੱਢਦੇ ਹਾਂਗੇ ਕਿੰਨਿਆਂ ਨੂੰ ਕਟੋਗੇ ਓਏ ਕਿੰਨਿਆਂ ਨੂੰ ਮਾਰੋਗੇ ਓਏ ਕਿੰਨੀ ਵਾਰੀ ਸਾਡੇ ਤੇ ਹਮਲੇ ਕੀਤੇ ਹੋਏ ਕਰ ਲੈਣਾ ਕਿੰਨੇ ਕਰਨੇ ਤੁਸੀਂ ਸਾਥ ਦੀ ਆਵਾਜ਼ ਤੇ ਖੜੂ ਜਿਹੜੇ ਸਿੱਖ ਕੌਮ ਨੂੰ ਬਦਨਾਮ ਕਰਨਗੇ ਜਿਹੜੇ ਸਿੱਖ ਕੌਮ ਦੀ ਮਰਿਆਦਾ ਨੂੰ ਪੂਰੀ ਦੁਨੀਆ 'ਚ ਬਦਨਾਮ ਕਰਨਗੇ ਜਿਹੜੇ ਸਾਡੇ ਦੇਸ਼ ਨੂੰ ਤੋੜਨ ਦੀ ਗੱਲ ਕਰਨਗੇ ਜਿਹੜੇ ਪੰਜਾਬ ਨੂੰ ਬਰਬਾਦ ਕਰਨ ਦੀ ਗੱਲ ਕਰਨਗੇ ਜਿਹੜੇ ਪੰਜਾਬ ਨੂੰ ਨੰਗ ਤੜੰਗ ਕਰਨ ਦੀ ਕੋਸ਼ਿਸ਼ ਇਹੋ ਜਿਹੇ ਲੋਕ ਕਰਨਗੇ ਅਸੀਂ ਬਰਦਾਸ਼ਤ ਕਰਾਂਗੇ ਅਸੀਂ ਵੀ ਗੁਰੂ ਮਹਾਰਾਜ ਦੇ ਸਿੱਖਾਂ ਇੱਕ ਹੋਰ ਇੱਕ ਹੋਰ ਬਹੁਤ ਜ਼ਰੂਰੀ ਜਿਹੜਾ ਮੁੱਦਾ ਅ ਲੋਕ ਸਭਾ ਦੇ ਵਿੱਚ ਹਰਜਿਮਰਤ ਕੌਰ ਬਾਦਲ ਬਲਵੰਤ ਸਿੰਘ ਰਾਜਵਾਨਾ ਦੀ ਜਦੋਂ ਗੱਲ ਕਰਦੇ ਨੇ ਤਾਂ ਅਮਿਤ ਸ਼ਾਹ ਜਿਹੜੇ ਗ੍ਰਹਿ ਮੰਤਰੀ ਨੇ ਉਹ ਇਹ ਜਵਾਬ ਦਿੰਦੇ ਨੇ ਕਿ ਜੇਕਰ ਕਿਸੇ ਨੇ ਕੋਈ ਗੁਨਾਹ ਕੀਤਾ ਜਦੋਂ ਤੱਕ ਉਹ ਖੁਦ ਉਸ ਦਾ ਪਛਤਾਪ ਨਹੀਂ ਕਰਦਾ ਉਦੋਂ ਤੱਕ ਰਹਿਮ ਦੀ ਅਪੀਲ ਦੇ ਉੱਤੇ ਕੋਈ ਵਿਚਾਰ ਨਹੀਂ ਕਾਨੂੰਨ ਹੈ ਉਹ ਕਾਨੂੰਨ ਜਿਹੜਾ ਬਣਿਆ ਹਿੰਦੁਸਤਾਨ ਦੇ ਵਿੱਚ ਪਾਰਲੀਮੈਂਟ ਉਹ ਕੱਲੇ ਪੰਜਾਬ ਲਈ ਨਹੀਂ ਬਣਿਆ ਉਹ ਕਾਨੂੰਨ ਪੂਰੇ ਹਿੰਦੁਸਤਾਨ ਲਈ ਬਣਿਆ ਹੈ ਹਿੰਦੁਸਤਾਨ ਅੱਜ ਇੱਕ ਵਿਸ਼ਵ ਦੇ ਵਿੱਚ ਬੜਾ ਵੱਡਾ ਦੇਸ਼ ਮੰਨਿਆ ਜਾ ਰਿਹਾ ਹੈ ਅੱਜ ਉਹ ਇੱਕ ਸ਼ਕਤੀਸ਼ਾਲੀ ਹੈ ਪਰ ਪੰਜਾਬ ਦੇ ਇਹਨਾਂ ਚੰਦ ਲੋਕਾਂ ਨੂੰ ਰੌਲਾ ਪਾਣ ਵਾਲੇ ਇਸ ਚੀਜ਼ ਦਾ ਕਦੀ ਫਿਕਰ ਹੈ ਵੀ ਸਾਡਾ ਦੇਸ਼ ਕਿੱਥੇ ਜਾ ਰਿਹਾ ਸਾਡੀ ਸ਼ਾਨ ਕਿੰਨੀ ਹੈ ਸਾਡੀ ਇੱਜ਼ਤ ਕਿੰਨੀ ਹੈ ਇਹ ਕਦੀ ਪੰਜਾਬ ਤੋਂ ਬਾਹਰ ਨਿਕਲਦੇ ਹੀ ਨਹੀਂ ਇਹ ਜਾਣਦੇ ਨੇ ਚੰਦ ਲੋਕ ਜਾ ਤੇ ਜਰਮਨੀ ਜਾਂ ਜਾਂਦੇ ਨੇ ਕੈਨੇਡਾ ਜਾਂ ਚਲੇ ਜਾਂਦੇ ਨੇ ਔਖੇ-ਸੌਖੇ ਔਕੇ ਅਮਰੀਕਾ ਪੰਜਾਬ ਦੇ ਬਾਹਰ ਜਾ ਕੇ ਤੇ ਦੇਖਣ ਖੁਸ਼ਹਾਲੀ ਕਿੰਨੀ ਹੈ ਤਰੱਕੀ ਕਿੰਨੀ ਹੈ ਕਿੱਥੇ ਚਲਾ ਗਿਆ ਗੁਜਰਾਤ ਕਿੱਥੇ ਅੱਗੇ ਚਲਾ ਗਿਆ ਰਾਜਸਥਾਨ ਕਿੱਥੇ ਚਲਾ ਗਿਆ ਮੱਧ ਪ੍ਰਦੇਸ਼ ਕਿੱਥੇ ਚਲਾ ਗਿਆ ਯੂਪੀ ਜਿੱਥੇ ਪੋਲਿਟੀਕਲ ਟੈਰਰਿਜ਼ਮ ਥੀ ਅੱਜ ਹਰ ਆਦਮੀ ਕਹਿੰਦਾ ਮੈਂ ਯੂਪੀ ਜਾ ਕੇ ਫੈਕਟਰੀ ਲਾਵਾਂ ਪੰਜਾਬ ਚ ਕਿਉਂ ਨਹੀਂ ਅੱਜ ਹਰ ਆਦਮੀ ਕਹਿੰਦਾ ਮੈਂ ਹਰਿਆਣਾ ਚ ਜਾਵਾਂ ਬਾਰਡਰ ਟੱਕੇ ਸਾਨੂੰ ਕੀ ਤਕਲੀਫ ਹੈ ਅਸੀਂ ਚੰਦ ਧਰਮ ਦੇ ਠੇਕੇਦਾਰਾਂ ਨੇ ਅਸੀਂ ਚੰਦ ਰਾਜਨੀਤਿਕ ਲੋਕਾਂ ਨੇ ਅਸੀਂ ਵੋਟਾਂ ਦੀ ਖਾਤਰ ਆਪਣੀ ਪਬਲਿਸ਼ਿਟੀ ਦੀ ਖਾਤਰ ਸੋਸ਼ਲ ਮੀਡੀਆ ਰਿਪੋਰਟ ਰੋਜ਼ ਫੋਟੋ ਦਿਖਾਉਣ ਦੀ ਖਾਤਰ ਅਸੀਂ ਆਉਣ ਵਾਲੀ ਜਨਰੇਸ਼ਨ ਨੂੰ ਬਰਬਾਦ ਕਰ ਰਹੇ ਹਾਂ ਅਸੀਂ ਤਾਂ ਬਰਬਾਦ ਹੋ ਚੁੱਕੇ ਹਾਂ ਪਰ ਅਸੀਂ ਨਵੀਂ ਜਨਰੇਸ਼ਨ ਪਹਿਲਾਂ ਗਰਮ ਪਾਛਣਾ ਨੇ ਤਬਾਹ ਕੀਤੀ ਮਾਮਾ ਦੇ ਬੱਚੇ ਕੇ 47 ਕਰਕੇ ਉਹਨਾਂ ਨੂੰ ਮਰਵਾ ਦਿੱਤਾ ਅੱਜ ਫਿਰ ਪਾਛਣ ਦੇ ਕੇ ਗਰਮਗਰਮ ਕਰਕੇ ਉਹਨਾਂ ਦੇ ਫਿਊਚਰ ਖਰਾਬ ਕਰ ਰਹੇ ਨਵੀਂ ਪੀੜੀ ਦੀ ਗੱਲ ਕੀਤੀ ਹਰ ਕੋਈ ਇਹ ਕਿਉਂਕਿ ਸੋਸ਼ਲ ਮੀਡੀਆ ਦਾ ਜ਼ਮਾਨਾ ਹੈ ਤੁਸੀਂ ਕਿੱਥੋਂ ਸਿਆਸੀ ਪਾਰਟੀ ਤੋਂ ਸ਼ੁਰੂਆਤ ਕੀਤੀ ਹੁਣ ਤੁਸੀਂ ਆਪਣਾ ਸੰਗਠਨ ਚਲਾ ਰਹੇ ਹੋ ਤਾਂ ਮੈਂ ਇਹ ਜ਼ਰੂਰ ਤੁਹਾਡੇ ਤੋਂ ਜਾਣਨਾ ਚਾਹੂੰਗਾ ਕਿ ਨਵੇਂ ਜਿਹੜੇ ਨੌਜਵਾਨ ਨੇ ਉਹ ਸ਼ਾਇਦ ਨਹੀਂ ਜਾਣਦੇ ਹੋਣਗੇ ਕਿ ਮਨਿੰਦਰਜੀਤ ਸਿੰਘ ਬਿੱਟਾ ਕੌਣ ਨੇ ਕੀ ਕਰਦੇ ਨੇ ਤਾਂ ਇਸ ਵੇਲੇ ਜੇ ਮੈਂ ਸਿੱਧਾ ਨਿੱਜੀ ਸਵਾਲ ਕਰਾਂ ਕਿ ਬਿੱਟਾ ਜੀ ਇਸ ਵੇਲੇ ਕਰਦੇ ਕੀ ਨੇ ਸਿਰਫ ਬਿਆਨਬਾਜ਼ੀ ਦਿੱਤੀ ਕੀਤੀ ਜਾਂਦੀ ਹੈ ਬਿਆਨਬਾਜ਼ੀ ਤਾਂ ਮੈਂ ਪੰਜਾਬ ਕਦੀ ਕੀਤੀ ਨਹੀਂ ਹਨ ਮੈਨੂੰ ਜਦੋਂ ਕੋਈ ਬੁੱਧਾ ਹੁੰਦਾ ਹੈ ਪੰਜਾਬ ਨੂੰ ਤਬਾਹ ਕਰਨ ਦਾ ਪੰਜਾਬ ਨੂੰ ਬਰਬਾਦ ਕਰਨ ਦਾ ਤੇ ਮੈਂ ਉਦੋਂ ਬਾਜ ਰ ਠਾਉਣਾ ਦੇਖੋ ਮੇਰੀ ਮੈਂ ਇੱਕ ਗੱਲ ਕਹਿਣੀ ਚਾਹੁੰਦਾ ਨੌਜਵਾਨ ਪੀੜੀ ਨੂੰ ਵਿਚਾਰੇ ਨੂੰ ਕੀ ਪਤਾ ਸਾਡੇ ਆਗੂ ਹੀ ਨਹੀਂ ਹੁਣ ਕੋ ਸਮਝਾਉਣ ਵਾਲੇ ਰਹੇ ਦੂਜੀ ਗੱਲ ਨਾ ਮੈਂ ਐਮਐਲਏ ਬੰਨਾ ਨਾ ਮੈਂ ਐਮਪੀ ਬੰਨਾ ਨਾ ਮੈਂ ਇਲੈਕਸ਼ਨ ਲੜਨੀ ਹੈ ਨਾ ਮੈਂ ਧਰਮ ਦਾ ਠੇਕੇਦਾਰ ਮੈਂ ਨਾ ਪੂਰੇ ਦੇਸ਼ ਦੇ ਕੋਨੇ ਕੋਨੇ ਚ ਜਾਣਾ ਮੈਨੂੰ ਯੂਨੀਵਰਸਿਟੀਆਂ ਚ ਮੈਨੂੰ ਕਾਲਜਾਂ ਦੇ ਵਿੱਚ ਮੈਨੂੰ ਸੋਸ਼ਲ ਫੰਕਸ਼ਨਾਂ ਵਿੱਚ ਮੈਂ ਧਾਰਮਿਕ ਫੰਕਸ਼ਨਾਂ ਚ ਮੇਰਾ ਜਿਹੜਾ ਜ਼ਿੰਦਗੀ ਦਾ ਅਨੁਭਵ ਹੈ ਮੈਨ ਮੈਂ ਦੇਸ਼ ਦੀਆਂ ਗੱਲਾਂ ਕਰਦਾ ਮੈਂ ਦੇਸ਼ ਦੇ ਜਵਾਨਾਂ ਦੀਆਂ ਗੱਲਾਂ ਕਰਦਾ ਮੈਂ ਗੁਰਤੇਜ ਸਿੰਘ ਦੀ ਗੱਲ ਕਰਦਾ ਜਿਨ੍ਹਾਂ ਨੇ ਚਾਈਨਾ ਦੇ ਛੱਕੇ ਛੁੜਾਏ 25 ਚਾਈਨੀਜ਼ ਮਾਰੇ ਮੈਂ ਆਪਣੇ ਪੰਜਾਬ ਦੇ ਹਰੀ ਸਿੰਘ ਨਰਗਵਾ ਜੀ ਦੀ ਗੱਲ ਕਰਦਾ ਮੈਂ ਪੰਜਾਬ ਦੇ ਸਾਡੇ ਸਹਬਜ਼ਾਦਿਆਂ ਦੀ ਗੱਲ ਕਰਦਾ ਮੈਂ ਗੁਰੂ ਤੇਗ ਬਹਾਦਰ ਜੀ ਦੀ ਗੱਲ ਕਰਦਾ ਮੈਂ ਭਗਤ ਸਿੰਘ ਜੀ ਦੀ ਗੱਲ ਕਰਦਾ ਮੈਂ ਹਰੀ ਸਿੰਘ ਨਲੂਆ ਜੀ ਦੇ ਨਾਲ ਜੱਸਾ ਸਿੰਘ ਆਲੂਵਾਲੀਆ ਜੱਸਾ ਸਿੰਘ ਸਾਡੇ ਪੰਜਾਬ ਦਾ ਇਤਿਹਾਸ ਕੀ ਸੀ ਫਿਰ ਮੈਨੂੰ ਸਵਾਲ ਪੁੱਛੇ ਜਾਂਦੇ ਨੇ ਜਦੋਂ ਮੈਂ ਉਹਨਾਂ ਦੀਆਂ ਗੱਲਾਂ ਕਰਦਾ ਵੀ ਉਹ ਪੰਜਾਬ ਦੇ ਯੋਧੇ ਤੇ ਅੱਜ ਦਾ ਪੰਜਾਬ ਕਿੱਥੇ ਆ ਫਿਰ ਮੈਨੂੰ ਸ਼ਰਮ ਆਉਂਦੀ ਫਿਰ ਕਹਿੰਦੇ ਅੱਜ ਦਾ ਸਾਡਾ ਪੰਜਾਬ ਇੱਕ ਕਿੱਥੋਂ ਪਿਕਚਰ ਬਣੀ ਸੀ ਉੜਤਾ ਪੰਜਾਬ ਫਿਰ ਮੈਨੂੰ ਸਵਾਲਾਂ ਦਾ ਜਵਾਬ ਦੇ ਕੇ ਮੇਰਾ ਸਿਰ ਝੁੱਕ ਜਾਂਦਾ ਫਿਰ ਮੈਨੂੰ ਗੱਲਾਂ ਪੁੱਛਦੇ ਨੇ ਵੀ ਜਦੋਂ ਅਸੀਂ ਹਰਮੰਦਰ ਸਾਹਿਬ 20% ਸਿੱਖ ਭਰਾ ਤੇ 80% Hindu ਭਰਾ ਨਮਸਤਕ ਹੁੰਦੇ ਨੇ ਅਸੀਂ ਪੂਰੇ ਹਿੰਦੁਸਤਾਨ ਦੇ ਗੁਰਦੁਆਰਾ ਸਾਹਿਬ ਦੇ ਵਿੱਚ ਰੋਜ਼ ਜਾਂਦੇ ਆ ਸਾਨੂੰ Hindu ਸਿੱਖ ਦਾ ਫਰਕ ਨਹੀਂ ਅਸੀਂ ਤਾਂ ਇੱਕ ਆ ਤੇ ਫਿਰ ਸਾਡੇ ਤੋਂ ਨਫ਼ਰਤ ਕਿਉਂ ਕੀਤੀ ਜਾਂਦੀ ਮੈਨੂੰ ਸਵਾਲਾਂ ਦੇ ਜਵਾਬ ਦੇਣ ਲਈ ਮੈਨੂੰ ਮੈਨੂੰ ਸੋਚਣਾ ਪੈਂਦਾ ਆ ਰਾਮ ਜਨਮ ਭੂਮੀ RAM ਜੀ ਨਾਲ ਸਾਡੀ ਕੀ ਦੁਸ਼ਮਣੀ ਜੀ ਮੈਂ ਪੁੱਛਣਾ ਚਾਹਣਾ ਅਸੀਂ ਨਹੀਂ ਗਏ ਤੇ ਨੁਕਸਾਨ ਅਸੀਂ ਆਪਣੀ ਕੌਮ ਦਾ ਕੀਤਾ ਮੈਂ ਹੁਣ ਹੋ ਕੇ ਆਇਆ ਚਾਰ ਦਿਨ ਪਹਿਲਾਂ ਰਾਮ ਜਨਮ ਭੂਮੀ ਗਿਆ ਮੱਥਾ ਟੇਕਿਆ ਤੇ ਮੈਂ ਗੁਰਦੁਆਰਾ ਸਾਹਿਬ ਵੀ ਗਿਆ ਗੁਰਦੁਆਰਾ ਸਾਹਿਬ ਗਿਆ ਮੈਨੂੰ ਉੱਥੋਂ ਦੇ ਗ੍ਰੰਥੀ ਸਾਹਿਬ ਵੱਡੇ ਕਹਿਣ ਲੱਗੇ ਮੈਂ ਨਾਲ ਤੋਂ ਇਤਿਹਾਸ ਪੁੱਛਿਆ ਮੈਂ ਕਦੀ ਨਹੀਂ ਗਿਆ ਸੀ ਚਲੋ ਰਾਮਜਨ ਭੂਮੀ ਕਰਕੇ ਮੈਨੂੰ ਉਸ ਜਗ੍ਹਾ ਤੇ ਪਵਿੱਤਰ ਥਾਂ ਤੇ ਜਾਣਾ ਪਿਆ ਸ਼ਾਇਦ ਸਾਤੋ ਭੋਲੋ ਇੰਦੀ ਨਾ ਜਾਂਦੇ ਕਿਨੇ ਗੁਰੂ ਤੇਗ ਬਹਾਦਰ ਮਹਾਰਾਜ ਹਿੰਦ ਦੀ ਚਾਦਰ ਇੱਥੇ 25 ਦਿਨ ਕੇ 20 ਦਿਨ ਉਹਨਾਂ ਨੇ ਤਪ ਕੀਤਾ ਆਹ ਕਮਰੇ ਦੇ ਵਿੱਚ ਨੱਕ ਰਖੜ ਕੇ ਆਏ ਗੁਰੂ ਨਾਨਕ ਦੇਵ ਜੀ ਮਹਾਰਾਜ ਇੱਥੇ ਆਏ ਗੁਰੂ ਤੇਗ ਬਹਾਦਰ ਤਵਾਰ ਗੁਰੂ ਗੋਬਿੰਦ ਸਿੰਘ ਕਲਗੀਧਾਰ ਮਹਾਰਾਜ ਉੱਥੇ ਵਿਰਾਜਮਾਨ ਹੋਏ ਔਰ ਮਾਤਾ ਗੁਜਰੀ ਜੀ ਆਏ ਹੁਣ ਮੈਨੂੰ ਦੱਸੋ ਐਡਾ ਵੱਡਾ ਇਤਿਹਾਸ ਤੇ ਸਾਡੇ ਗੁਰਦੁਆਰਾ ਸਾਹਿਬ ਨੂੰ ਉੱਥੇ ਤਾਲਾ ਲੱਗਾ ਸੀ ਸਾਹਮਣੇ ਉਹ ਗ੍ਰੰਥੀ ਸਾਹਿਬ ਨੇ ਵੇਖਿਆ ਤੇ ਮੈਨੂੰ ਉਹਨਾਂ ਨੇ ਬੁਲਾ ਲਿਆ ਤੇ ਮੈਂ ਉੱਥੋਂ ਦਰਸ਼ਨ ਕਰਕੇ ਆਇਆ ਉਸ ਵੇਲੇ ਦੀ ਇੱਕ ਬੇੜੀ ਜਿੱਤੇ ਜਿੱਥੇ ਉਹ ਲੱਗੇ ਨੇ ਕੋਈ ਪੇੜ ਤੇ ਫਲ ਲੱਗਾ ਉਹ ਵੀ ਮੈਂ ਉੱਥੋਂ ਲੈ ਕੇ ਆਇਆ ਕੋਈ ਇਤਿਹਾਸਾਂ ਨੂੰ ਦੱਸੇਗਾ ਮੈਂ ਪੁੱਛਣਾ ਚਾਹਣਾ ਜੇ ਅਸੀਂ ਉੱਥੇ ਗਏ ਹੁੰਦੇ ਤੇ ਸਾਨੂੰ ਨਰਿੰਦਰ ਮੋਦੀ ਜੀ 2 4 10 ਏਕੜ ਜਗ੍ਹਾ ਵੀ ਦਿੰਦੇ ਤੇ ਨਾਲੇ 4 ਪੈਸੇ ਵੀ ਲਾਉਂਦੇ ਤੇ ਦੁਨੀਆ ਜਿੱਥੇ ਰਾਮ ਜਨ ਭੂਮੀ ਜਾਂਦੀ ਉਹ ਗੁਰਦੁਆਰਾ ਸਾਹਿਬ ਹੀ ਜਾਂਦੀ ਅੱਜ ਅੰਮ੍ਰਿਤਸਰ ਦੇ ਵਿੱਚ ਦੁਨੀਆ ਤੋਂ ਲੋਕ ਆਉਂਦੇ ਨੇ ਲੈਣਾ ਲੱਗਿਆ ਨੇ ਇੱਥੇ ਲੋਕਾਂ ਦੇ ਬਾਹਰ ਦੇ ਵਿਦੇਸ਼ਾਂ ਦੇ ਵਿੱਚੋਂ ਲੋਕਾਂ ਦੀ ਹਿੰਦੁਸਤਾਨ ਦੇ ਹੋਣ ਬਾਹਰ ਦੇ ਹੋਣ ਅਸੀਂ ਕੌਮ ਨੂੰ ਲੈ ਕੇ ਕਿੱਥੇ ਜਾ ਰਹੇ ਹਾਂ ਅਸੀਂ ਨਹੀਂ ਅਸੀਂ ਕੌਮ ਨੂੰ ਮੁਠੀਆਂ 'ਚ ਬੰਨ੍ਹ ਕਰਨਾ ਚਾਹੁੰਦੇ ਆ ਇਹ ਪੋਲਿਟਿਸ਼ਨ ਜਿਹੜੇ ਨੇ ਇਹਨਾਂ ਨੂੰ ਪੁੱਛਣਾ ਚਾਹਣਾ ਧਰਮ ਦੇ ਜ਼ਿੰਮੇਦਾਰ ਲੋਕ ਪੁੱਛਣਾ ਚਾਹਣਾ ਕੋਈ ਇਹਨਾਂ ਨੂੰ ਜਵਾਬ ਦੇਵੇਗਾ ਮੈਂ ਇੱਕ ਛੋਟੀ ਜੀ ਗੱਲ ਦੱਸਦਾ ਬਾਬਾ ਬੰਤਾ ਸਿੰਘ ਜੀ ਢਡਰੀਆਂ ਵਾਲਾ ਸਾਹਿਬ ਉਹਨਾਂ ਦੇ ਜਰਾ ਪ੍ਰਵਚਨ ਸੁਣੋ ਅਸੀਂ ਕਦੀ ਮਿਲੇ ਨਹੀਂ ਉਹਨਾਂ ਨੂੰ ਉਹਨਾਂ ਨੇ ਜਰੋ ਪ੍ਰਵਚਨ ਕਰਦੇ ਨੇ ਸਾਫ਼ ਗੱਲਾਂ ਕਰਦੇ ਨੇ ਰਾਮ ਜੀ ਦੀਆਂ ਗੱਲਾਂ ਕਰਦੇ ਗੁਰੂਆਂ ਦੀਆਂ ਗੱਲਾਂ ਕਰਦੇ ਥੱਲੇ ਮਨ ਪੱਕੀਆਂ ਦਾ ਗਾਲ੍ਹਾਂ ਕੱਢਦੇ ਨੇ ਇਹ ਛੱਡਦੇ ਹੀ ਨਹੀਂ ਕਿਸੇ ਨੂੰ ਪੰਜਾਬ ਦਾ ਤਾਂ ਨਾਂ ਪੈ ਗਿਆ ਕਹਿੰਦੇ ਗਾਲ੍ਹਾਂ ਗੰਦੀਆਂ ਗਾਲ੍ਹਾਂ ਕੱਢਣ ਦਾ ਪੰਜਾਬ ਕਿੱਥੇ ਪਵਿੱਤਰ ਪੰਜਾਬ ਕਿੱਥੇ ਕੀਰਤਨ ਦਾ ਪੰਜਾਬ ਜਦੋਂ ਕੀਰਤਨ ਬਾਣੀ ਹੁੰਦੀ ਨਾ ਰੱਬੀ ਬਾਣੀ ਤੇ ਜਿਹਨੂੰ ਨਾਮ ਹੀ ਸਮਝ ਆਵੇ ਉਹ ਵੀ ਰੱਬ ਦੇ ਨਾਲ ਜੁੜ ਜਾਂਦਾ ਉਹ ਵੀ ਗੁਰੂ ਮਹਾਰਾਜ ਸੱਚੇ ਆਰਮਦਾਸ ਜੀ ਨਾਲ ਜੁੜਨ ਦਿੰਦਾ ਗੁਰੂ ਗੋਬਿੰਦ ਸਿੰਘ ਜੀ ਨਾਲ ਜੁੜ ਜਾਂਦਾ ਤੇ ਇਹ ਕੱਢਦੇ ਨੇ ਹੁਣ ਗੰਦੀਆਂ ਗਾਹਾਂ ਤੇ ਲੋਕਾਂ ਨੇ ਇਹਨਾਂ ਪ੍ਰਵਾਹ ਕਰਨੀ ਸ਼ੁਰੂ ਕਰ ਦਿੱਤੀ ਕਹਿੰਦਾ ਜੋ ਕੱਢੀ ਜਾਏ ਕੜਾ ਹੀ ਸੱਚ ਬੋਲਾਂਗੇ ਜਬ ਬਾਬਾ ਬੰਤਾ ਸਿੰਘ ਜੀ ਸਿੱਖ ਕੌਮ ਦੀ ਗੱਲ ਕਰਨ ਵਾਲੇ ਢੱਡਰੀਆਂ ਵਾਲੇ ਸਭ ਸਿੱਖ ਕੌਮ ਦੀ ਗੱਲ ਕਰਨ ਵਾਲੇ ਤੁਸੀਂ ਉਹਨਾਂ ਨੂੰ ਯਾਰ ਧਮਕੀਆਂ ਦਿੰਦੇ ਹੋ ਤੇ ਅਸੀਂ ਕਿੱਥੇ ਆ ਅਸੀਂ ਤਾਂ ਬੋਲਾਂਗੇ ਤੁਸੀਂ ਕਿੱਦਾਂ ਹਿੰਮਤ ਕੀਤੀ ਬਾਬਾ ਦੀਪ ਸਿੰਘ ਜਰੇ ਨਾਲ ਕਿਸੇ ਹੋਰ ਦੀ ਤਸਵੀਰ ਬਾਬਾ ਦੀਪ ਸਿੰਘ ਜੀ ਦੇ ਸਰੂਪ ਦੇ ਨਾਲ ਲਾਉਣ ਦੀ ਔਰ ਜਿਹਨੇ ਵਿਰੋਧ ਕੀਤਾ ਉਹਨੂੰ ਤੁਸੀਂ ਮਾਰਨ ਤੱਕ ਚਲੇ ਗਏ ਕਰਨਲ ਸਾਹਿਬ ਨੂੰ ਕੋਈ ਗੱਲ ਨਹੀਂ ਗੁਰੂ ਮਹਾਰਾਜ ਬੈਠੇ ਬਾਬਾ ਦੀਪ ਸਿੰਘ ਬੈਠਾ ਮੈਂ ਫਿਰ ਕਹਿਣਾ ਚਾਹਣਾ ਕਿ ਕੱਲ ਨੂੰ ਤੁਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਨਾਲ ਉਹਨਾਂ ਦੇ ਸਹਬਜ਼ਾਦਿਆਂ ਦੇ ਨਾਲ ਇਹ ਬੇਗੁਨਾਹਾਂ ਦੀਆਂ ਕਾਤਲਾਂ ਦੀਆਂ ਉਹਨਾਂ ਦੇ ਸਰੂਪਾਂ ਦੇ ਨਾਲ ਫੋਟੋਆਂ ਲਾਓਗੇ ਜੇ ਤੁਹਾਡੀ ਜਮੀਰ ਬਣਦੀ ਹੈ ਤਾਂ ਤੁਸੀਂ ਸਿੱਖ ਨਹੀਂ ਮੈਂ ਤੁਹਾਨੂੰ ਦੱਸ ਦੇਣਾ ਚਾਹੁੰਨਾ ਇੱਕ ਤੁਸੀਂ ਕਿਹਾ ਕਿ ਮੈਂ ਪੰਜਾਬ ਤੋਂ ਇਲਾਵਾ ਹੋਰ ਸੂਬਿਆਂ 'ਚ ਵੀ ਜਾਣ ਦਾ ਮੌਕਾ ਮਿਲਦਾ ਬੀਂਗ ਅ ਸਿੱਖ ਬੀਂਗ ਅ ਦਸਤਾਰ ਧਾਰੀ ਸਿਰ ਤੇ ਦਸਤਾਰ ਹੈ ਕਿੰਨਾ ਕਮਾਨ ਉੱਥੇ ਤੁਹਾਨੂੰ ਬਾਕੀ ਸਟੇਟਾਂ 'ਚ ਮਿਲਦਾ ਔਰ ਪੰਜਾਬ ਦੇ ਵਿੱਚ ਔਰ ਬਾਕੀ ਸੂਬਿਆਂ 'ਚ ਫਰਕ ਕੀ ਹੈ ਦੇਖੋ ਜੀ ਮੈਂ ਇੱਕ ਗੱਲ ਦੱਸਾਂ ਇਹ ਜਿਹੜੀ ਮੈਂ ਤਾਂ ਇੱਕ ਪਾਪੀ ਜਿਹਾ ਸਿੱਖਾਂ ਗੁਨਾਹਗਾਰ ਸਿੱਖਾਂ ਸਿੱਖ ਕਹਿਣਾ ਬੜੀ ਵੱਡੀ ਗੱਲ ਹੈ ਸੱਚਾ ਸਿੱਖ ਕਹਿਣਾ ਬਹੁਤ ਵੱਡੀ ਗੱਲ ਹੈ ਪਰ ਹਾਂ ਸਾਡੇ ਪਾਪੀ ਸਿੱਖਾਂ ਦੇ ਉੱਤੇ ਗੁਰੂ ਮਹਾਰਾਜ ਦੀਆਂ ਕੁਰਬਾਨੀਆਂ ਗੁਰੂ ਮਹਾਰਾਜ ਦੇ ਤਪ ਜਪ ਸਹਿਬਜ਼ਾਦੇਆਂ ਦੇ ਤਪ ਜਪ ਉਹਨਾਂ ਦੀਆਂ ਕੁਰਬਾਨੀਆਂ ਸਾਨੂੰ ਮੁਫਤ ਦੇ ਵਿੱਚ ਦਸਤਾਰਾਂ ਮਿਲ ਗਈਆਂ ਕਰਮ ਉਹਨਾਂ ਨੇ ਕੀਤੇ ਤਪ ਉਹਨਾਂ ਨੇ ਕੀਤੇ ਅਸੀਂ ਕੋਈ ਕਰਮ ਨਹੀਂ ਕੀਤਾ ਹਾਂ ਅਸੀਂ ਉਹਨੇ ਚੰਦ ਲੋਕਾਂ ਨੇ ਕਰਮ ਜ਼ਰੂਰ ਕੀਤੇ ਆ ਫਗਵਾੜੇ ਦੇ ਵਿੱਚ ਕਿਸੇ ਮੁੰਡੇ ਨੂੰ ਫੜਿਆ ਪਬਲਿਸ਼ਿਟੀ ਦੀ ਖਾਤਰ ਹੈ ਨਸ਼ੇੜੀ ਉਹ ਕਿਨੇ ਨਿਹੰਗ ਸਿੰਘ ਨਸ਼ੇੜੀ ਉਹ ਜਦੋਂ ਪੂਰਾ ਟੈਸਟ ਹੋਇਆ ਤਿੰਨ ਤਿੰਨ ਨਸ਼ੇ ਕਰਦਾ ਸੀ ਬੰਦੇ ਨੂੰ ਵੱਡ ਕੱਟਿਆ ਪਬਲਿਸ਼ਿਟੀ ਦੀ ਖਾਤਰ ਅਸੀਂ ਪਟਿਆਲੇ ਜਾਂਦੇ ਆਂ ਕਰੋਨਾ ਕਾਲ ਦੇ ਵਿੱਚ ਪੁਲਿਸ ਆਪਣੀ ਆਪਣੀ ਜ਼ਿੰਮੇਵਾਰੀ ਨਿਭਾਉਂਦੀ ਹੈ ਅਸੀਂ ਪੁਲਿਸ ਵਾਲੇ ਦਾ ਹੱਥ ਕੱਢ ਦਿੰਦੇ ਆਂ ਅਮਰਤਪਾਲ ਆਉਂਦਾ ਹੈ ਅਮਰਸਰ ਦੇ ਵਿੱਚ ਗੁਰੂ ਗ੍ਰੰਥ ਸਾਹਿਬ ਲੈ ਜਾਂਦਾ ਉਹ ਗੰਦੀ ਜਗ੍ਹਾ ਜਿੱਥੇ ਸ਼ਰਾਬ ਜਿੱਥੇ ਕਿੰਨਾ ਕੁਝ ਪੁਲਿਸ ਸਟੇਸ਼ਨ ਦੇ ਵਿੱਚ ਉੱਥੇ ਗੁਰੂ ਗ੍ਰੰਥ ਸਾਹਿਬ ਲੈ ਜਾਂਦਾ ਕਰੇ ਅਸੀਂ ਫਲਾਣੇ ਨੂੰ ਵੜਦੇ ਆਂਗੇ ਸਾਡੀ ਤਾਂ ਹੁਣ ਇੱਕ ਇੱਕ ਪਛਾਣ ਹੋ ਗਈ ਸਿੰਧੂ ਬਾਰਡਰ ਜਾਂਦੇ ਆਂ ਬੰਦੇ ਨੂੰ ਫੜਦੇ ਆਂ ਲੈ ਕੇ ਉਹਦੇ ਟੁਕੜੇ ਟੁਕੜੇ ਕਰ ਦਿੰਦੇ ਆ ਆ ਸਾਡੀ ਸਿੱਖ ਕੌਮ ਦੀ ਪਛਾਣ ਹੈ ਆ ਸਾਡੀ ਪਹਿਚਾਨ ਮਾਨਵਤਾ ਦੀ ਪਹਿਚਾਨ ਸੀ ਸਾਡੀ ਪਹਿਚਾਨ ਸਾਡੇ ਦਾ ਹੁਣ ਸਾਡੇ ਦਾ ਜਿਹੜੇ ਲਬਾਸ ਨੇ ਲੋਕੀ ਡਰਨ ਲੱਗ ਪਏ ਵੀ ਯਾਰ ਕੱਲ ਨੂੰ ਗੁਰਦੁਆਰਾ ਸਾਹਿਬ ਗਏ ਅਸੀਂ ਤੇ ਕੱਲ ਨੂੰ ਸਾਡੇ ਦੇ ਕਿਸੇ ਨੇ ਇਲਜ਼ਾਮ ਲਾਤਾ ਤਾਂ ਸਣ ਤੋਂ ਵੱਢ ਦੇਣਗੇ ਲੋਕ ਸਵਾਲ ਕਰਦੇ ਜੇ ਤੁਸੀਂ ਸਵਾਲ ਕਰਦੇ ਨੇ ਲੋਕੀ ਸਵਾਲ ਕਰਦੇ ਨੇ ਵੀ ਤੁਹਾਡਾ ਉੜਤਾ ਪੰਜਾਬ ਤੁਹਾਡੇ ਉੱਥੇ ਨਿਸ਼ੇੜੀ ਨੇ ਉਹਨਾਂ ਨੂੰ ਸਵਾਲਾਂ ਦਾ ਜਵਾਬ ਕਿੱਥੋਂ ਦਈਏ ਫਿਰ ਉਹ ਪਟਿਆਲੇ ਦੀ ਗੱਲ ਕਰਦੇ ਨੇ ਫਿਰ ਉਹ ਛਿੰਬੂ ਬਾਰਡਰ ਦੀ ਗੱਲ ਕਰ ਕਹਿੰਦੇ ਤੂੰ ਤੁਹਾਡਾ ਕੰਮ ਹੀ ਵੱਡਣਾ ਰਹਿ ਗਿਆ ਕੀ ਕਰੀਏ ਕੀ ਉਹਨਾਂ ਨੂੰ ਸਵਾਲਾਂ ਦੇ ਜਵਾਬਾਂ ਜਵਾਬ ਦੇਈਏ ਨਹੀਂ ਅਸੀਂ ਇਦਾਂ ਨਹੀਂ ਆ ਸਾਡੇ ਕਹਿੰਦੇ ਹਾਂ ਤੁਹਾਡੇ ਗੁਰੂ ਸਹਿਬਾਨਾਂ ਨੇ ਕੁਰਬਾਨੀਆਂ ਅਸੀਂ ਸਾਡਾ ਅਸੀਂ ਨਮਸਤਕ ਹੋਨੇ ਆ ਅਸੀਂ ਸਿਰ ਝਕਾਉਨੇ ਆ ਸਿੱਖ ਕੌਮ ਨਾ ਹੁੰਦੀ ਤੇ ਅੱਜ ਅਸੀਂ ਨਾ ਹੁੰਦੇ ਫਕਰ ਨਾਲ ਉਹ ਕਹਿੰਦੇ ਨੇ ਹਸਾਨ ਮੰਨਦੇ ਨੇ ਅੱਜ ਹਸਾਨ ਮੰਨਦੇ ਨੇ ਤੇ ਸਭ ਕੁਝ ਅਸੀਂ ਉਹਨਾਂ ਨੂੰ ਰੋਜ਼ ਮਨ ਪੱਕੀਆਂ ਗਾਲਾਂ ਕੱਢਦੇ ਆ ਸਾਡੇ ਦੇਖੋ ਜੀ ਗੱਲ ਇਹ ਹੈ ਇਹਨਾਂ ਚੰਦ ਲੋਕਾਂ ਦੇ ਮਨਾਂ ਦੇ ਵਿੱਚ ਕੋਈ ਆ ਬ੍ਰਾਹਮਣਵਾਦ ਹਿੰਦੂ 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 ਜੇ ਇਹਨਾਂ ਨੂੰ ਕਿਥੇ ਹਿੰਦੂ ਭਰਾ ਨੇ ਦੋ ਚਾਰ ਛੱਡ ਦਿਓ ਗਨਮੈ ਲੈਣ ਜੇ ਕਿਸੇ ਨੇ ਸਿੱਖ ਕੌਮ ਦੇ ਖਿਲਾਫ ਕਿਥੇ ਉਂਗਲ ਵੀ ਉਠਾਈ ਮੈਂ ਆਪਣੀ ਸਿਰ ਲਾ ਕੇ ਥੱਲੇ ਰੱਖ ਦਿਆਂਗਾ ਰੋਜ਼ ਉੱਠ ਕੇ ਪਿੰਡਾਂ ਚੋਂ ਇੱਧਰ ਉੱਠ ਕੇ ਇਹ ਬ੍ਰਾਹਮਣਵਾਦ ਉਹ ਕੀ ਬ੍ਰਾਹਮਣਵਾਦ ਕੀ ਇਨਸਾਨ ਨਹੀਂ ਆਉ 110 ਕਰੋੜ ਆਬਾਦੀ ਹੈ 110 ਕਰੋੜ ਆਬਾਦੀ ਥੋੜੀ ਨਹੀਂ ਹੁੰਦੀ 110 ਕਰੋੜ ਅਸੀਂ ਕਿੰਨੇ ਆ 2 ਕਰੋੜ 110 ਕਰੋੜ ਮੁਸਲਮਾਨਾਂ ਲੱਗ ਐਸਾਈ ਲੱਗ ਸਾਰੇ ਧਰਮਾਂ ਦੇ ਫੌਰਨ ਲੱਗ ਹਰਮੰਦਰ ਸਾਹਿਬ ਇੱਕ ਮਿਸਾਲ ਆ ਚਾਰ ਦਰਵਾਜ਼ੇ ਸਿਰ ਝੁਕਾਉਂਦੇ ਨੇ ਨੱਕ ਹੜਦੇ ਨੇ ਤਰਲੇ ਮਾਰਦੇ ਨੇ ਅਸੀਂ ਦਰਸ਼ਨ ਕਰਨੇ ਤਰਲੇ ਸਾਡੇ ਦਰਸ਼ਨ ਕਰਾ ਦਿਓ ਤੇ ਤੁਹਾਡੇ ਦਿਮਾਗ ਹੀ ਚੰਦ ਲੋਕਾਂ ਦੇ ਨੇ ਚੜ ਗਏ ਹੰਕਾਰ ਤੁਹਾਡੇ ਵਿੱਚ ਆ ਗਿਆ ਅਸੀਂ ਉਹ ਤੁਹਾਡੇ ਕਰਮ ਕੀਨੇ ਕਰਮ ਤਾਂ ਸਾਡੇ ਗੁਰੂ ਸਾਹਿਬਾਨਾ ਨੇ ਕੀਤੇ ਕਰਮ ਤਾਂ ਕੀਤੇ ਮਹਾਰਾ ਰਣਜੀਤ ਸਿੰਘ ਜੀ ਨੇ ਕਰਮ ਤਾਂ ਕੀਤੇ ਹਰੀ ਸਿੰਘ ਨਲਗਵਾ ਜੀ ਨੇ ਕਰਮ ਤੱਕੀਤੇ ਭਗਤ ਸਿੰਘ ਜੀ ਨੇ ਜਿਹਨੂੰ ਤੁਸੀਂ ਅਤਵਾਦੀ ਚੰਦ ਲੋਕ ਕਹਿੰਦੇ ਹੋ ਕਰਮ ਤੱਕੀਤੇ ਜਗਜੀਤ ਸਿੰਘ ਅਰੋੜਾ ਨੇ ਕਰਮ ਤੱਕੀਤੇ ਅਰਜਨ ਸਿੰਘ ਏਅਰ ਮਾਰਸ਼ਲ ਨੇ ਕਾਹਤਰ ਜੰਗ ਦੇ ਹੀਰੋ ਜਗਜੀਤ ਸਿੰਘ ਅਰੋੜਾ ਨੇ ਉਹਨਾਂ ਨੇ ਕਰਮ ਕੀਤੇ ਹੋਏ ਤੁਹਾਡੇ ਕਰਮ ਕੀ ਹੈ ਗਰਮ ਭਾਸ਼ਣ ਦੇ ਕੇ ਡਰਾਉਣਾ ਕਿਹਨੂੰ ਡਰਾਉਂਦੇ ਹੋ ਬਿੱਟੇ ਨੂੰ ਡਰਾਉਂਦੇ ਆ ਤੁਹਾਡੀ ਐਸੀ ਦੀ ਤੈਸੀ ਤੁਹਾਨੂੰ ਮੈਂ ਕਈ ਵਾਰੀ ਦੇਖਿਆ ਕੀ ਕਰੋਗੇ ਤੁਸੀਂ ਮਾਰਦੇ ਹੋਗੇ ਸੱਚ ਦੀ ਆਵਾਜ਼ ਤੇ ਅੱਗੇ ਵੀ ਖੜੇ ਆ ਤੁਸੀਂ ਬੰਬ ਚਲਾਏ ਫੇਰ ਖੜੂ ਜਿੰਨੀ ਦੇ ਜੀਵਨ ਆ ਖੜੂ ਪਰ ਪੰਜਾਬ ਦੀ ਸਿੱਖੀ ਨੂੰ ਦੁਨੀਆਂ ਦੇ ਵਿੱਚ ਕਮਜ਼ੋਰ ਨਹੀਂ ਹੋਣਦਿਆਂਗੇ ਹਰ ਜਗ੍ਹਾ ਤੇ ਜਾ ਕੇ ਦੱਸਾਂਗੇ ਸਾਰੇ ਸਿੱਖ ਇਹੋ ਜਿਹੇ ਨਹੀਂ ਐ ਆਖਰੀ ਸਵਾਲ ਜੇਕਰ ਜਿਹੜੇ ਮੈਂ ਬੰਦੀ ਸਿੰਘਾਂ ਤੋਂ ਇੰਟਰਵਿਊ ਸ਼ੁਰੂ ਕੀਤੀ ਸੀ ਜੇਕਰ ਉਹਨਾਂ ਨੂੰ ਕਾਨੂੰਨ ਦੇ ਮੁਤਾਬਕ ਕੋਈ ਰਾਹਤ ਮਿਲਦੀ ਹੈ ਤਾਂ ਉਹਦੇ 'ਚ ਫਿਰ ਕਿਸੇ ਨੂੰ ਕੋਈ ਦਿੱਕਤ ਨਹੀਂ ਗੱਲ ਨਹੀਂ ਸਮਝੇ ਇਹਨਾਂ ਨੇ ਠੇਕਾ ਲਿਆ ਫਿਰ ਠੇਕਾ ਉਹਨਾਂ ਦਾ ਵੀ ਲੈਣ ਜਿਨ੍ਹਾਂ ਨੂੰ ਇਹ ਭੇਡਾਂ ਬੱਕਰੀਆਂ ਸਮਝਿਆ ਜਿਨ੍ਹਾਂ ਨੂੰ ਕਹਿੰਦੇ ਨੇ ਬ੍ਰਾਹਮਣ ਜਿਨ੍ਹਾਂ ਨੂੰ ਕਹਿੰਦੇ ਨੇ ਪੰਡਤ ਗੰਦੀ ਪਾਛਾਰਾ ਪ੍ਰਯੋਗ ਕਰਦੇ ਨੇ ਰਾਮਚੰਦਰ ਜੀ ਦੇ ਉੱਤੇ ਗਲਤ ਕਮੈਂਟਸ ਕਰਦੇ ਨੇ ਕਿਉਂ ਵਿਸ਼ਨੂ ਭਗਵਾਨ ਤੇ ਗਲਤ ਕਮੈਂਟਸ ਕਰਦੇ ਕਿਉਂ ਭੋਲੇ ਸ਼ੰਕਰ ਤੇ ਗਲਤ ਕਮੈਂਟਸ ਕਰਦੇ ਕਿਉਂ ਕ੍ਰਿਸ਼ਨ ਭਗਵਾਨ ਤੇ ਗਲਤ ਤੁਸੀਂ ਉਹ ਸਭ ਕੋ ਜੋ ਹਾਂ ਜਿੰਨਾਂ ਦਾ ਇਤਿਹਾਸ ਲੱਖਾਂ ਸਾਲ ਪੁਰਾਣਾ ਤੁਸੀਂ ਐਵੇਂ ਚੈਲੰਜ ਕਰੀ ਜਾਂਦੇ ਹੋ ਘਰ ਬੈਠੇ ਯਾਰ ਕਮਾਲ ਦੀ ਗੱਲ ਆਓ ਕਿਸੇ ਨਾਲ ਬਹਿਸ ਕਰਨੀ 1 ਟੂ 1 ਬਹਿਸ ਕਰ ਲਓ ਜੇ ਮੈਂ ਫਿਰ ਕਹਿੰਨਾ ਜੇ ਕਿਸੇ ਹਿੰਦੂ ਭਰਾ ਨੇ ਪੰਜਾਬ ਦੇ ਵਿੱਚ ਕਿਸੇ ਸਿੱਖ ਨੂੰ ਗੋਲੀ ਮਾਰੀ ਹੈ ਕਿਸੇ ਬ੍ਰਾਹਮਣ ਨੇ ਕਿਸੇ ਪੰਡਤ ਨੇ ਇਹੀ ਪਾਛਾ ਰ ਕਰਦੇ ਨਾ ਮੈਂ ਉੱਥੇ ਪਾਛਾ ਜੇ ਮਾਰੀ ਐ ਤੇ ਮੈਂ ਚੌਂਕ 'ਚ ਖੜਾ ਹੋਰ ਜੇ ਮੇਰੇ ਸਰੀਰ ਤੇ 100 ਗੋਲੀਆਂ ਮਾਰਨਾ ਮੇਰੇ ਨੱਥ ਵੀ ਨਾ ਲੱਭੇ ਜੇ ਕਿਸੇ ਹਿੰਦੂ ਬ੍ਰਾਹਮਣ ਨੇ ਪੰਡਤ ਨੇ ਕਿਸੇ ਨੇ ਕਿਸੇ ਸੇਖ ਨੂੰ ਮਾਰਿਆ ਤੁਸੀਂ ਰੋਜ਼ ਧਮਕੀਆਂ ਦਿੰਦੇ ਯਾਰ ਹੰਕਾਰੇ ਹੋਗੇ ਤੁਸੀਂ ਇਹਨੇ ਤੁਸੀਂ ਉਹਨਾਂ ਨੂੰ ਛੱਡਣ ਦੀਆਂ ਗੱਲਾਂ ਕਰਦੇ ਜਿਹੜੇ ਤੁਸੀਂ ਮਾਰੇ ਉਹਨਾਂ ਦੀਆਂ ਗੱਲਾਂ ਕਿਉਂ ਨਹੀਂ ਕਰਦੇ ਤੁਸੀਂ ਠੇਕਾ ਲਿਆ ਜਿਨ੍ਹਾਂ ਨੇ ਬੇਗੁਨਾ ਲੋਕਾਂ ਨੂੰ ਮਾਰਿਆ ਮੈਂ ਪੁੱਛਣਾ ਚਾਹਣਾ ਮੈਂ ਫੇਰ ਕਹਿਣਾ ਚਾਹਣਾ ਜੇ ਕਿਸੇ ਬ੍ਰਾਹਮਣ ਨੇ ਜੇ ਕਿਸੇ ਹਿੰਦੂ ਨੇ ਜੇ ਕਿਸੇ ਪੰਡਤ ਨੇ ਕਿੱਥੇ ਵੀ ਸਿੱਖ ਦਾ ਕਤਲ ਕੀਤਾ ਕਿਸੇ ਨੂੰ ਗੋਲੀ ਮਾਰਦੀ ਐ ਲਿਆਓ ਸਬੂਤ ਮੈਂ ਆਪਣਾ ਸਰੀਰ ਤੁਹਾਨੂੰ ਦਵਾਂ ਮੇਰੇ ਤੋਂ ਖੁੰਧਾ ਗਣਾ ਤੁਹਾਨੂੰ ਮੈਂ ਆਪਣਾ ਖੜ ਜਾਂ ਨਾ ਆਓ ਜਿੰਨੇ ਮਾਰਨਾ ਵਾਰੀ ਵਾਰੀ ਆ ਜਾਓ ਮੇਰੇ ਸਰੀਰ ਦੇ ਟੁਕੜੇ ਟੁਕੜੇ ਕਰਕੇ ਮੇਰਾ ਖੂਨ ਵੀ ਪੀ ਜੋ ਪਰ ਯਾਰ ਕਿਸੇ ਨੇ ਮਾਰਿਆ ਹੀ ਨਹੀਂ ਕਿਸੇ ਨੇ ਬੇਗੁਨਾ ਦਾ ਕਤਲ ਨਹੀਂ ਕੀਤਾ ਉਹ ਮਾਰ ਕੇ 19000 ਤੁਸੀਂ ਕਸ਼ਮੀਰੀ ਪੰਡਤਾਂ ਨੂੰ ਤੁਸੀਂ ਆਪਣਾ ਪੰਡਤਾਂ ਨੂੰ ਤੁਸੀਂ ਬ੍ਰਾਹਮਣ ਭਰਾਵਾਂ ਨੂੰ ਮਾਰ ਕੇ ਉਹ ਫਿਰ ਹਰਿਮੰਦਰ ਸਾਹਿਬ ਨਮਸਤਕ ਹੁੰਦੇ ਫਿਰ ਕਹਿੰਦੇ ਸਿੱਖ ਕੌਮ ਨਾ ਹੋਤੀ ਤੋ ਹਮਣਾ ਹੋਤੇ ਯਾਰ ਤੁਸੀਂ ਜ਼ਹਿਰ ਹੀ ਭਰ ਜਾਂਦੇ ਤੁਹਾਡੇ ਅੰਦਰ ਜ਼ਹਿਰ ਤੋਰਾਵਾ ਰਹੀ ਹੈ ਕੁਛ ਨਹੀਂ ਚਾਹਦੇ ਲੋਕੋ ਔਰ ਕੌਮ ਦੇ ਆਗੂ ਕਿੱਥੇ ਰਹਿ ਗਏ ਕੋਈ ਬੋਲਣ ਵਾਲਾ ਹੀ ਨਹੀਂ ਜੇ ਤੁਸੀਂ ਨਹੀਂ ਗਏ ਰਾਮਜਨ ਭੂਮੀ ਕਿ ਰਾਮਜਨ ਭੂਮੀ ਦਾ ਨਿਰਮਾਣ ਰੁਕ ਗਿਆ ਜੇ ਤੁਸੀਂ ਨਹੀਂ ਗਏ ਰਾਮਜਨ ਭੂਮੀ ਤੇ ਜਿਹੜਾ ਕਰੋਨਾ ਦਾ ਘੱਟ ਨੇਪਾਲ ਤੋਂ ਲੈ ਕੇ ਪੂਰੇ ਦੇਸ਼ ਤੋਂ ਲੈ ਕੇ ਸਾਈਕਲਾਂ ਦੇ ਸਕੂਟਰਾਂ ਦੇ ਪੈਦਲ ਜਨਾਨੀਆਂ ਬੰਦੇ ਫੌਰਨ ਤੋਂ ਜਿਹੜੇ ਆਏ ਨੇ ਤੁਸੀਂ ਰੋਕ ਲਿਆ ਕਿ ਤੁਸੀਂ ਉਹਨਾਂ ਨਿਰਮਾਣ ਰੋਕ ਲੋਗੇ ਤੁਸੀਂ ਨਿਰਮਾਣ ਨਹੀਂ ਰੋਕ ਸਕਦੇ ਹਾਂ ਤੁਸੀਂ ਇੱਕ ਕੰਮ ਜ਼ਰੂਰ ਗਲਤ ਕੀਤਾ ਜਿਹੜਾ ਸਾਡਾ ਪਵਿੱਤਰ ਸਥਾਨ ਸੀ ਨਾ ਗੁਰੂ ਨਾਨਕ ਦੇਵ ਜੀ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਸਾਡੇ ਗੁਰੂ ਗੋਬਿੰਦ ਸਿੰਘ ਜੀ ਤਰ ਮਹਾਰਾਜ ਮਾਤਾ ਗੁਜਰੀ ਦੀ ਜਿਹੜੇ ਉੱਥੇ ਆ ਕੇ ਠਹਿਰੇ ਗੁਰਦੁਆਰਾ ਸਾਹਿਬ 'ਚ ਤੁਸੀਂ ਉਹਨਾਂ ਦਾ અપਮਾਨ ਕੀਤਾ ਮੈਂ ਨਹੀਂ ਇਹ ਬਾਤ ਵਿਵਾਦ 'ਚ ਪੈਣਾ ਚਾਹੁੰਦਾ ਜੀ ਉੱਥੇ ਗਏ ਸੀ ਆਏ ਸੀ ਮੈਂ ਕੋਈ ਪ੍ਰਚਾਰਕ ਨਹੀਂ ਹਾਂ ਮੈਂ ਕੋਈ ਉਹ ਪੜ੍ਹਾਈ ਨਹੀਂ ਕੀਤੀ ਪਰ ਹਾਂ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਤੌਰ ਤੇ ਤੁਸੀਂ ਜਥੇਦਾਰਾਂ ਦੀ ਗੱਲ ਕਰ ਰਹੇ ਹੋ ਵੀ ਉਹ ਨਹੀਂ ਗਏ ਉੱਥੇ ਜਥੇਦਾਰ ਗਏ ਜਾਂ ਜਿਹਨਾਂ ਜਿਹੜੇ ਅੱਜ ਵਿਰੋਧ ਕਰਦੇ ਨੇ ਹੁਣ ਇਹ ਗੱਲਾਂ ਕਰਦੇ ਨੇ ਮੈਂ ਕਈ ਸੁਣੇ ਕਹਿੰਦੇ ਖਾਰਕੂ ਖਾਰਕੂ ਨਹੀਂ ਅੱਤਵਾਦੀ ਇੱਥੋਂ ਅੰਮ੍ਰਿਤਸਰ ਦੇ ਇੱਕ ਇਹ ਚੈਨਲ 'ਚ ਰੋਜ਼ ਆਉਂਦਾ ਬਾਬਾ ਬਾਬਾ ਉਹਨੂੰ ਕਹਿੰਦੇ ਨੇ ਕੰਦਾ ਜੀ ਸਾਨੂੰ ਮੁ슬ਮਾਨਾਂ ਦਾ ਸਾਥ ਦੇਣਾ ਚਾਹੀਦਾ ਸੀ ਉਹ ਨਾ ਚਾ ਤੈਨੂੰ ਮੈਂ ਪੁੱਛਣਾ ਚਾਹਣਾ ਬਾਬਰ ਥੀ ਕੌਣ ਮੁ슬ਮਾਨ ਵੀ ਸਾਡੇ ਭਰਾਣੇ ਸਾਤੋਂ ਦੂਰ ਨਹੀਂ ਤੂੰ ਮਾਮਾ ਲੱਗਦਾ ਬਾਬਰ ਦਾ ਮਾਮਾ ਲੱਗਦਾ ਤੂੰ ਮੈਨੂੰ ਪੁੱਛਣਾ ਚਾਹਣਾ ਬਾਬਾ ਪਤਾ ਨਹੀਂ ਬਖਸ਼ੀਸ਼ ਕਿਹੜਾ ਨਾ ਇੱਥੇ ਰਾ ਆ ਗਿਆ ਬਾਹਰ ਹੈ ਆ ਮੈਂ ਤੈਨੂੰ ਮੈਂ ਦੱਸਾਂ ਬਾਬਰ ਉਹ ਸੀ ਜਿਨਨੇ ਗੁਰੂ ਨਾਨਕ ਦੇਵ ਜੀ ਮਹਾਰਾਜ ਨੂੰ ਅੰਦਰ ਚੱਕੀ ਪਿਸਵਾਈ ਸੀ ਜੇਲ੍ਹ ਚ ਬੰਦ ਕੀਤਾ ਸੀ ਬਾਬਰ ਉਹ ਸੀ ਜਿਨ੍ਹਾਂ ਨੇ ਸਿੱਖ ਕੌਮ ਸਾਰੀਆਂ ਕੌਮਾਂ ਦੇ ਉੱਤੇ ਜਿਨ੍ਹਾਂ ਨੇ ਕਤਲੇਆਮ ਕੀਤਾ ਸੀ ਜਿਨੇ ਨੀ ਰੱਖੀ ਸੀ ਜ਼ੁਲਮ ਕਰਨ ਦੀ ਮੰਦਰਾ ਦੇ ਗੁਰਦੁਆਰਿਆਂ ਸਾਹਿਬ ਦਾ ਅਪਮਾਨ ਕਰਨ ਲਈ ਜਿਨੇ ਸਾਡੇ ਗੁਰਨਾਨਕ ਦੇਵ ਜੀ ਮਹਾਰਾਜ ਨੂੰ ਜੇਲ੍ਹ ਚ ਬੰਦ ਕੀਤਾ ਅੱਜ ਤੁਸੀਂ ਉਹਦੇ ਮਾਮੇ ਬਣ ਗਏ ਤੁਹਾਡੀ ਐਸੀ ਦੀ ਤਾਸੀ ਤੁਹਾਨੂੰ ਇਤਿਹਾਸ ਦਾ ਪਤਾ ਗ੍ਰੰਥ ਸਾਹਿਬ ਤੁਸੀਂ ਸਾਰੇ ਪੜਦੇ ਹੋ ਪਰ ਮੋਟੀ ਗੱਲ ਸਾਡੇ ਉਹ ਸਤਿਗੁਰੂ ਗੁਰੂ ਨਾਨਕ ਦੇਵ ਜੀ ਨੂੰ ਬਾਬਰ ਨੇ ਜੇਲ੍ਹ ਚ ਬੰਦ ਕੀਤਾ ਸੀ ਕਹਿੰਦਾ ਉਹਨਾਂ ਦਾ ਸਾਥ ਦੇ ਦਿਓ ਬਾਬਰੀ ਮਸਜਿਦ ਨਹੀਂ ਢਾਈ ਉਹ ਬਾਬਰੀ ਮਸਜਿਦ ਹੈ ਕਿ ਸੀ ਬਾਬਰ ਦੀ ਮਸਜਿਦ ਸੀ ਰੰਗਜੀਤ ਬਣੂ ਤੁਸੀਂ ਕੀ ਕਹੋਗੇ ਜਿਹਨੇ ਸਾਡੇ ਸਹਿਬਜ਼ਾਦਿਆਂ ਨੂੰ ਉਦੋਂ ਦੀ نسل ਚੱਲਣ ਢੀ ਨਾ ਸਾਡੇ ਸਹਿਬਜ਼ਾਦਿਆਂ ਨੂੰ ਨੀਹਾਂ ਚ ਚਣਵਾ ਦਿੱਤਾ ਰੰਗਜੀਤ ਨੇ ਸਾਡੇ ਚਾਰ ਗੁਰੂ ਗੋਬਿੰਦ ਸਿੰਘ ਮਹਾਰਾਜ ਚਾਰ ਲਾਲ ਉਹਨਾਂ ਨੇ ਸ਼ਹੀਦ ਕਰਤੇ ਮਾਤਾ ਗੁਜਰੀ ਦੀ ਸ਼ਹੀਦ ਹੋ ਗਏ ਅੱਜ ਤੁਸੀਂ ਉਹਰੇ ਨਾਲ ਖੜ ਗਏ ਅੱਜ ਉਹਦੇ ਤੁਸੀਂ ਮਸਜਿਦ ਤੇ ਖੜ ਗਏ ਜਿੱਥੇ ਰਾਮ ਜਨਮ ਭੂਮੀ ਦਾ ਨਿਰਮਾਣ ਹੋਇਆ ਰਾਮ ਜੀ ਨਾਲ ਤੁਹਾਨੂੰ ਕੀ ਦਿੱਕਤ ਹੈ ਤੁਹਾਨੂੰ ਰਾਮ ਜੀ ਨਾਲ ਦਿੱਕਤ ਨਹੀਂ ਤੁਹਾਨੂੰ ਦਿੱਕਤ ਹਿੰਦੂ ਤੋਂ ਹੈ ਔਰ ਉਹ ਹਿੰਦੂ ਤੋਂ ਹੈ ਜਿਹੜਾ ਹਿੰਦੂ ਭਰਾ ਜਿਹੜਾ ਜਿਹੜੇ ਬ੍ਰਾਹਮਣਵਾਦ ਦੀ ਗੱਲ ਕਰਦੇ ਹੋ ਜਿਹੜਾ ਹਰਮੰਦਰ ਸਾਹਿਬ ਆ ਕੇ ਲੈਣ ਲਗਾ ਲੋ ਕੈਮਰੇ ਲਾ ਲੋ ਲਿਸਟ ਪੜ੍ਹ ਲੋ ਕਿਤਾਬ ਫੜ੍ਹ ਲੋ ਲੈਣਾ ਲੱਗੀਆਂ ਅਸੀਂ 20% ਤੇ ਉਹ 80% ਨੱਕ ਰੜਦਾ ਆ ਕੇ ਤਰਲੇ ਮਾਰਦਾ ਤੁਸੀਂ ਉਹਨਾਂ ਦੇ ਖਿਲਾਫ ਹੋ ਤੁਹਾਡੇ ਮਨ 'ਚ ਕੋਈ ਨਫ਼ਰਤ ਨਹੀਂ ਤੁਸੀਂ ਆਰਐਸਐਸ ਓਏ ਆਰਐਸਐਸ ਨੂੰ ਅਸੀਂ ਚੰਗੀ ਤਰ੍ਹਾਂ ਦੇਖ ਲਿਆ ਆ ਆਰਐਸਐਸ ਅੱਥੇ ਕੌਮ ਨੂੰ ਸਿਰ ਤੇ ਚੁੱਕਦੀ ਹੈ ਨਫਰਤ ਤੁਹਾਡੇ ਅੰਦਰ ਦੱਸੋ ਕਿਹੜਾ ਆਰਐਸਐਸ ਵਾਲਾ ਸਿੱਖ ਆਮਦੇ ਖਿਲਾਫ ਹੈ ਜੀ ਅਸੀਂ ਕੁਮਕਾਰਤ ਨਹੀਂ ਕਰਦੇ ਮੋਦੀ ਜੇ ਮੋਦੀ ਕੋ ਨੀਣਾ ਕੁਛ ਲੈ ਸਕੇ ਤਾਂ ਸਾਨੂੰ ਕੁਝ ਕਿਸੇ ਨੇ ਦੇਣਾ ਹੀ ਨਹੀਂ ਉਹ ਤਾਂ ਪਗੜੀ ਬੰਨਦੇ ਹਰਮੰਦਰ ਸਾਹਿਬ ਜਾਂਦੇ ਦਿੱਲੀ ਰਕਾਬਗਾਹ ਸਮਝ ਜਾਂਦੇ ਸਿਰ ਤੇ ਪਟਕਾ ਬੰਨਦੇ ਕਿਤੇ ਵੀ ਦੌਰੇ ਤੇ ਹైదరాబాద్ ਬੈਂਗਲੌਰ ਕਿਤੇ ਵੀ ਹੁੰਦੇ ਜੇ ਗੁਰੂ ਮਹਾਰਾਜ ਜੇ ਦਿਨੋਂ ਦਾ ਟੂਰ ਤੇ ਗੁਰਦੁਆਰਾ ਸਾਹਿਬ ਸੁਰੱਖਿਆ ਛੱਡ ਕੇ ਚਲੇ ਜਾਂਦੇ ਨੇ ਕਦੀ ਮੈਂ ਅੱਜ ਤੱਕ ਮੈਂ ਪੀਐਮ ਆਫਸ ਦੇ ਵਿੱਚ ਬਹੁਤ ਜਾਂਦਾ ਰਿਹਾ ਨਰਸਿਮਹਰਾਓ ਵਾਲੇ ਰਜੀਵ ਗਾਂਧੀ ਵਾਲੇ ਕਿਰਪਾਨ ਕਦੀ ਨਹੀਂ ਜਾ ਸਕਦੀ ਸੀ ਹਥਿਆਰ ਲੈ ਕੇ ਕਦੀ ਭਾਵੇਂ ਕਿੰਨਾ ਵੀ ਵੱਡਾ ਬੰਦਾ ਹੋਵੇ ਚਾਹੇ ਸਿੰਘ ਸਾਹਿਬ ਹੋਣ ਪਹਿਲੀ ਵਾਰੀ ਦੇਖਿਆ ਤੁਸੀਂ ਵੀਡੀਓ ਕੱਢ ਲਓ ਨਰਿੰਦਰ ਮੋਦੀ ਜੀ ਦੇ ਪੀਐਮ ਹਾਊਸ ਦੇ ਵਿੱਚ ਕਿਰਪਾਨ ਸਮੇਤ ਜਿਹੜਾ ਅੰਮ੍ਰਿਤ ਛਕਿਆ ਪੂਰੇ ਦਫ਼ਤਰ ਦੇ ਨਾਲ ਹੀ ਅੰਦਰ ਆਏਗਾ ਔਰ ਨਰਿੰਦਰ ਮੋਦੀ ਜੀ ਤੇ ਪਕੜੀ ਬੰਨੀ ਦਸਤਾਰ ਬੰਦੀ ਹੱਥ ਜੋੜ ਕੇ ਉਹਨਾਂ ਦੇ ਅੱਗੇ ਸਿਰ ਝੁਕਾਉਂਦੇ ਤੁਸੀਂ ਕੀ ਚਾਹੁੰਦੇ ਹੋਏ ਕਦੀ ਨਰਿੰਦਰ ਮੋਦੀ ਨੂੰ ਮਾਰ ਦੇਾਂਗੇ ਕਦੀ ਇੰਦਰਾ ਗਾਂਧੀ ਮਾਰਤੀ ਫਲਾਣੇ ਨੂੰ ਮਾਰਤਾ ਹੁਣ ਅਮਿ ਛਾਹ ਨੂੰ ਮਾਰ ਸਾਡੀ ਪਛਾਣ ਕਾਤਲ ਬਣਾਉਣਾ ਚਾਹੁੰਦੇ ਹੋ ਇਹਨੂੰ ਤੁਸੀਂ ਬੰਦੀ ਸਿੱਖ ਕਹਿੰਦੇ ਹੋ ਕੱਲ ਕਿਸੇ ਹੋਰ ਨੂੰ ਤੁਸੀਂ ਮਾਰ ਦਿਓਗੇ ਫਿਰ ਉਹ ਵੀ ਬੰਦੀ ਸਿੱਖ ਪਹਿਲੇ ਬੰਦੀ ਸਿੱਖ ਧਾਰੇ ਨਿਕਲਣੀ ਨਵੇਂ ਬੰਦੀ ਸਿੱਖ ਤੁਸੀਂ ਢੇਰਾ ਬਣਾਤੇ ਸਵਾਲ ਹੈ ਵੀ ਤੁਹਾਨੂੰ ਤੁਹਾਡੇ ਖਿਲਾਫ ਆਵਾਜ਼ ਉਠਾਉਣ ਵਾਲਾ ਕੋਈ ਜ਼ਮੀਰ ਮਰ ਗਈ ਕੌਮ ਦੇ ਜ਼ਿੰਮੇਦਾਰ ਲੋਕਾਂ ਦੀ ਜ਼ਮੀਰ ਮਰ ਗਈ ਉਹ ਕੌਮ ਦੇ ਲੋਕਾਂ ਦੀ ਜਮੀਰ ਮਰ ਗਈ ਜਿਨ੍ਹਾਂ ਨੇ ਬਾਬਾ ਦੀਪ ਸਿੰਘ ਸਾਹਿਬ ਦੇ ਨਾਲ ਬੇਗੁਨਾਹਾਂ ਦੇ ਕਾਤਲਾ ਦੀਆਂ ਤਸਵੀਰਾਂ ਲਾਉਣਾ ਚਾਹੁੰਦੇ ਸੀ ਥਰੂਪਾ ਦੇ ਨਾਲ ਇਹ ਕੋ ਗੱਲ ਹੈ ਯਾਰ ਬਾਬਾ ਦੀਪ ਸਿੰਘ ਜੀ ਕੱਲ ਨੂੰ ਗੁਰੂ ਗੋਬਿੰਦ ਸਿੰਘ ਜੀ ਦੇ ਸਰੂਪ ਦੇ ਨਾਲ ਤੁਸੀਂ ਆਹ ਜਿਹੜੇ ਤੁਸੀਂ ਦੱਸਦੇ ਹੋ 36000 ਬੇਗੁਨਾਹਾਂ ਦਾ ਕਤਲ ਕਰਨ ਵਾਲੇ ਉਹਨਾਂ ਦੀ ਤਸਵੀਰ ਲਾ ਦਿਓਗੇ ਆਉਣ ਵਾਲੇ 30 ਸਾਲ ਦੇ ਬਾਅਦ ਇਤਿਹਾਸ ਹੋਏਗਾ ਨਾ ਗੁਰੂ ਗੋਬਿੰਦ ਸਿੰਘ ਜੀ ਸਨ ਨਾ ਗੁਰੂ ਤੇਗ ਬਹਾਦਰ ਜੀ ਸਨ ਨਾ ਬਾਬਾ ਦੀਪ ਸਿੰਘ ਜੀ ਸਨ ਨਾ ਸਾਹਿਬ ਬਸ ਆ ਜਿਹੜੇ ਬੇਗੁਨਾਹਾਂ ਦੇ ਕਤਲ ਕਰਨ ਵਾਲੇ ਇਹ ਸਾਡੇ ਅਸਲੀ ਹੀਰੋ ਸਨ ਲੱਖ ਲਾਨਤ ਤੁਹਾਡੇ ਤੁਹਾਡੇ ਖਿਲਾਫ ਬੋਲਣ ਵਾਲਾ ਹੀ ਕੋਈ ਨਹੀਂ ਲੱਖ ਲਾਨਤ ਬਾਬਾ ਦੀਪ ਸਿੰਘ ਗੁਰੂ ਗੁਰੂ ਗੋਬਿੰਦ ਸਿੰਘ ਜੀ ਗੁਰੂ ਤੇਗ ਬਹਾਦਰ ਤੋਂ ਵੱਡਾ ਕੋਈ ਨਹੀਂ ਹੋ ਸਕਦਾ ਉਸ ਤੋਂ ਬਾਅਦ ਗੁਰੂ ਗਰੰਥ ਸਾਹਿਬ ਗੁਰੂ ਗਰੰਥ ਸਾਹਿਬ ਤੋਂ ਬਾਅਦ ਵੱਡਾ ਕੋਈ ਨਹੀਂ ਜਿਹੜਾ ਨਾ ਬੋਲੇ ਉਹ ਸਿੱਖ ਕੌਮ ਨੂੰ ਕਾਤਲਾਕੇ ਸੇ ਕੌਮ ਦਾ ਨੁਕਸਾਨ ਕਰ ਰਿਹਾ ਬਿਲਕੁਲ ਤਾਂ ਇਹ ਨੇ ਮਨਿੰਦਰਜੀਤ ਸਿੰਘ ਬਟਾ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਇਹ ਦਾਵਾ ਕੀਤਾ ਕਿ ਕੁਝ ਲੋਕਾਂ ਕਰਕੇ ਆਪਸੀ ਭਾਈਚਾਰਕ ਜਿਹੜੀ ਸਾਂਝ ਹੈ ਉਸ ਦੇ ਵਿੱਚ ਫਿੱਕ ਪੈ ਰਹੀ ਹੈ ਔਰ ਨਾਲ ਦੀ ਨਾਲ ਬਿੱਤੇ ਦਿਨੀ ਪਉਵਿੰਡ ਦੇ ਵਿੱਚ ਗੁਰਦੁਆਰਾ ਸਾਹਿਬ ਦੇ ਵਿੱਚ ਜਿਹੜਾ ਵਿਵਾਦ ਹੋਇਆ ਸੀ ਉਸ ਨੂੰ ਲੈ ਕੇ ਉਹਨਾਂ ਨੇ ਸਿੱਧੇ ਜਿਹੜੇ ਨਿਸ਼ਾਨੇ ਸਾਦੇ ਨੇ ਕਿ ਗੁਰੂ ਸਹਿਬਾਨਾ ਦੇ ਨਾਲ ਜੋ ਜਰਨੈਲ ਸਿੰਘ ਪਿੰਡਰਾ ਵਾਲੇ ਦੀ ਤਸਵੀਰ ਜਿਹੜੀ ਲਗਾਈ ਗਈ ਉਸ ਨੂੰ ਉਹਨਾਂ ਨੇ ਸਿੱਧੇ ਤੌਰ ਤੇ ਗਲਤ ਵੀ ਦੱਸਿਆ ਔਰ ਨਾਲ ਦੀ ਨਾਲ ਇਹ ਵੀ ਦੱਸਿਆ ਕਿ ਸਾਡੀ ਜਿਹੜੀ ਦਸਤਾਰ ਹੈ ਉਸ ਦੀ ਦੁਨੀਆ ਭਰ ਦੇ ਵਿੱਚ ਜਿੱਥੇ ਸਿੱਖ ਦੀ ਇੱਕ ਵੱਖਰੀ ਪਛਾਣ ਆ ਤਾਂ ਉਸ ਦੇ ਨਾਲ ਹੀ ਭਾਰਤ ਦੇ ਵਿੱਚ ਪੰਜਾਬ ਤੋਂ ਬਾਹਰਲੇ ਜਿਹੜੇ ਸੂਬੇ ਨੇ ਉੱਥੇ ਵੀ ਸਿੱਖਾਂ ਨੂੰ ਇੱਕ ਬੱਕਰਾ ਸਨਮਾਨ ਮਿਲਦਾ ਹੈ ਪਰ ਪੰਜਾਬ ਦੇ ਵਿੱਚ ਹੋਣ ਵਾਲੀਆਂ ਕੁਝ ਘਟਨਾਵਾਂ ਦਾ ਪੂਰੇ ਦੇਸ਼ ਦੇ ਵਿੱਚ ਇੱਕ ਗਲਤ ਮੈਸੇਜ ਜਾਂਦਾ ਜਿਸ ਕਰਕੇ ਜਿਹੜੇ ਬਾਹਰੀ ਸੂਬਿਆਂ ਦੇ ਨਾਲ ਸੰਬੰਧਿਤ ਲੋਕ ਨੇ ਉਹ ਕਿਤੇ ਨਾ ਕਿਤੇ ਪੰਜਾਬ ਵਾਲੇ ਪਾਸੇ ਆਉਣ ਤੋਂ ਕੰਨੀ ਘਤਰਉਣ ਲੱਗਦੇ ਨੇ ਕੈਮਰਾਮੈਨ ਹਰੀਸ਼ ਕੁਮਾਰ ਦੇ ਨਾਲ ਰਾਜੀਵ ਸ਼ਰਮਾ న్యూਸ ਦੀ ਟੀਮ ਅੰਮ੍ਰਿਤ